ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਪਲੇਟਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਅੱਜ ਤੁਹਾਡਾ ਟੈਸਟ ਹੈਗਾ। ਪਰਸੋਂ ਮੈਂ ਦੱਸ ਚੁੱਕਿਆ ਸੀ ਇਸ ਟੈਸਟ ਬਾਰੇ, ਇਹਦਾ ਕੀ ਸਿਲੇਬਸ ਸੀ ਉਹ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਪਲੋਡ ਕਰ ਚੁੱਕਿਆ ਸੀ, ਜਿਹਦੇ ਵਿੱਚ ਲੈਕਚਰ 11 ਤੋਂ ਲੈ ਕੇ ਲੈਕਚਰ 15 ਤੱਕ ਸਾਰਾ ਕੁਝ ਜੋ ਵੀ ਆਪਾਂ ਨੇ ਹੁਣ ਤੱਕ ਕਵਰ ਕੀਤਾ ਹੈਗਾ, ਉਹ ਅੱਜ ਦੇ ਟੈਸਟ ਦੇ ਵਿੱਚ ਤੁਹਾਡੇ ਸਾਰਿਆਂ ਤੋਂ ਪੁੱਛਿਆ ਜਾਣਾ। ਸੋ ਆਓ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਆਪਣਾ ਇਹ ਟੈਸਟ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਇਹ ਟੈਸਟ ਦੀ ਜਿਹੜੀ PDF ਸੀ ਉਹ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਪਲੋਡ ਕਰ ਚੁੱਕਿਆ। ਸੋ ਮੈਂ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਇਹ ਟੈਸਟ ਸੋਲਵ ਕਰ ਲਿਆ ਹੋਊਗਾ। ਇਹ ਡਿਸਕਸ਼ਨ ਵੀਡੀਓ ਦੇ ਵਿੱਚ ਤੁਹਾਡੇ ਜਿਹੜੇ ਵੀ ਆਨਸਰ ਨੇਗੇ ਉਹ ਆਪਣੇ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰਕੇ ਆਪਦੇ ਆਪ ਨੂੰ ਇਵੈਲੂਏਟ ਕਰ ਸਕਦੇ ਹੋ। ਤੇ ਇੱਕ ਗੱਲ ਹੋਰ, ਇੱਕ ਬੇਨਤੀ ਹੋ ਹੈ ਵੀ ਆਪਦੇ ਜਿਹੜੇ ਵੀ ਆਨਸਰ ਤੁਸੀਂ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਤਾਂ ਇੱਕੋ ਕਮੈਂਟ ਦੇ ਵਿੱਚ ਤੁਹਾਡੇ ਸਾਰਿਆਂ ਦੇ ਆਨਸਰ ਹੋਣੇ ਚਾਹੀਦੇ ਨੇ। ਜੇ ਕਿਸੇ ਦੇ ਅੱਡ-ਅੱਡ ਕਮੈਂਟ ਦੇ ਵਿੱਚ ਆਨਸਰ ਆਏ ਤਾਂ ਉਹ ਆਨਸਰ ਮੈਂ ਚੈੱਕ ਹੀ ਨਹੀਂ ਕਰਨੇ। ਮੈਂ ਚੈੱਕ ਸਿਰਫ ਉਹੀ ਆਨਸਰ ਕਰੂੰਗਾ ਜਿਹਦੇ ਆਨਸਰ ਇੱਕੋ ਕਮੈਂਟ ਦੇ ਵਿੱਚ ਆਏ ਹੋਣਗੇ, ਠੀਕ ਹੈ। ਸੋ ਆਓ ਸਭ ਤੋਂ ਪਹਿਲਾਂ ਕੁਝ ਕੁ ਵਨ ਲਾਈਨਰ ਕੁਐਸਚਨ ਨੇ ਜੀ, ਇੱਕੋ ਲਾਈਨ ਦੇ ਵਿੱਚ ਇਹਨਾਂ ਦਾ ਆਨਸਰ ਦੇਣਾ ਹੁੰਦਾ ਹੈਗਾ। 10 ਕੁਐਸਚਨ ਨੇ ਟੋਟਲ ਤੁਹਾਡੇ ਸਾਰਿਆਂ ਦੇ ਲਈ, ਕੁਐਸਚਨ ਮੈਂ ਪੜ੍ਹਦਾ ਤੁਸੀਂ ਇਹਨਾਂ ਦੇ ਆਨਸਰ ਦੇਣੇ ਨੇ। ਸਭ ਤੋਂ ਪਹਿਲਾ ਕੁਐਸਚਨ ਕਹਿੰਦੇ, ਅੰਡਰ ਵਿਚ ਸਿਸਟਮ ਆਫ ਲੈਂਡ ਰੈਵਨਿਊ ਦਾ ਰੈਵਨਿਊ ਵਾਸ ਫਿਕਸਡ ਔਨ ਦਾ ਬੇਸਿਸ ਆਫ ਕੁਆਲਿਟੀ ਆਫ ਦਾ ਸੋਇਲ ਐਂਡ ਦਾ ਨੇਚਰ ਆਫ ਕ੍ਰੌਪ। ਕਿਹੜੇ ਲੈਂਡ ਰੈਵਨਿਊ ਸਿਸਟਮ ਦੇ ਵਿੱਚ ਇਹ ਦੱਸਿਆ ਹੋਇਆ ਸੀਗਾ ਵੀ ਜਿਹੜੀ ਜ਼ਮੀਨ ਦਾ ਜਿਹੜਾ ਰੈਵਨਿਊ ਹੈਗਾ ਉਹ ਫਿਕਸ ਕਿਵੇਂ ਕੀਤਾ ਹੋਊਗਾ, ਉਹ ਫਿਕਸ ਕੀਤਾ ਹੋਊਗਾ ਜਿਹੜੀ ਉੱਥੋਂ ਦੀ ਜ਼ਮੀਨ ਦੀ ਕੁਆਲਿਟੀ ਹੈਗੀ ਤੇ ਕ੍ਰੋਪ ਹੈਗੀ ਜਿਹੜੀ ਫਸਲ ਹੈ ਉਹਦਾ ਕਿਹੋ ਜਿਹਾ ਨੇਚਰ ਹੈ ਉਹਦੇ ਆਧਾਰ ਤੇ ਰੈਵਨਿਊ ਹੈਗਾ ਜਿਹੜਾ ਉਹ ਫਿਕਸ ਕੀਤਾ ਹੋਊਗਾ। ਕਿਹੜਾ ਸਿਸਟਮ ਸੀ ਤੁਹਾਨੂੰ ਮੈਂ ਲੈਂਡ ਰੈਵਨਿਊ ਸਿਸਟਮ ਬਾਰੇ ਪੜ੍ਹਾਇਆ, ਦੱਸੋ ਕਿਹੜੇ ਸਿਸਟਮ ਦੇ ਵਿੱਚ ਇਹੋ ਜਿਹਾ ਕੁਛ ਸੀਗਾ। ਦੂਸਰਾ ਕੁਐਸਚਨ, ਕੁਝ ਕੁ ਕਮਿਸ਼ਨਸ ਬਿਠਾਏ ਸੀਗੇ ਅੰਗਰੇਜ਼ਾਂ ਦੁਆਰਾ ਸਿਵਲ ਸਰਵਿਸਿਜ਼ ਨੂੰ ਲੈ ਕੇ, ਉਹਨਾਂ ਦੇ ਨਾਮ ਇਸ ਤਰ੍ਹਾਂ ਨੇ, ਐਚਿਨਸਨ ਕਮਿਸ਼ਨ, ਇਸ ਲਾਈਨਟਨ ਕਮਿਸ਼ਨ ਤੇ ਗਲਤ ਹੋ ਗਿਆ, ਉਰੇ ਥੋੜੀ ਜਿਹੀ ਗੜਬੜ ਹੋ ਗਈ। ਐਚਿਨਸਨ ਕਮਿਸ਼ਨ, ਇਸ ਲਾਈਨਟਨ ਕਮਿਸ਼ਨ ਤੇ ਤੀਸਰਾ ਉਰੇ ਇਸ ਲਾਈਨਟਨ ਦੀ ਜਗ੍ਹਾ ਤੁਸੀਂ ਲੀ ਕਮਿਸ਼ਨ ਕਰ ਲਓ, ਠੀਕ ਹੈ। ਇਸ ਲਾਈਨਟਨ ਦੀ ਜਗ੍ਹਾ ਤੁਸੀਂ ਲੀ ਕਮਿਸ਼ਨ ਕਰ ਲਓ, ਥੋੜੀ ਜਿਹੀ ਮਿਸਪ੍ਰਿੰਟਿੰਗ ਹੋ ਗਈ। ਤੇ ਇਸ ਕਮਿਸ਼ਨ ਨੂੰ ਹੁਣ ਤੁਸੀਂ ਕਰਨੋਲੋਜੀ ਦੇ ਵਿੱਚ ਅਰੇਂਜ ਕਰੋ, ਸਭ ਤੋਂ ਪਹਿਲਾਂ ਕਿਹੜਾ ਕਮਿਸ਼ਨ ਬੈਠਾ, ਫਿਰ ਕਿਹੜਾ, ਫਿਰ ਕਿਹੜਾ। ਸੋ ਇਹ ਮੈਂ ਆਪਣੀ ਗਲਤੀ ਦੀ ਮਾਫੀ ਚਾਹੁੰਦਾ, ਉਰੇ ਇਸ ਲਾਈਨਟਨ ਨਹੀਂ ਉਰੇ ਲੀ ਕਮਿਸ਼ਨ ਕਰ ਲਓ, ਦੋ ਵਾਰ ਇਹ ਵਰਡ ਰਿਪੀਟ ਹੋ ਗਿਆ। ਤੀਸਰਾ ਕੁਐਸਚਨ, ਹੂ ਵਾਸ ਅਪੁਆਇੰਟਡ ਬਾਈ ਵਿਲੀਅਮ ਬੈਂਟਿਕ ਟੂ ਸਪਰੈਸ ਠੱਗਸ ਇਨ ਬੁੰਦੇਲਖੰਡ। ਬੁੰਦੇਲਖੰਡ ਦਾ ਇਲਾਕਾ ਤੁਹਾਨੂੰ ਮੈਂ ਮੈਪ ਦੇ ਵਿੱਚ ਦਿਖਾਇਆ ਸੀ ਤੇ ਉੱਥੇ ਠੱਗ ਬਹੁਤ ਜ਼ਿਆਦਾ ਸੀਗੇ ਜੋ ਕਿ ਸਰੇਆਮ ਲੁੱਟਾਂ ਮਚਾਉਂਦੇ ਸੀਗੇ, ਲੋਕਾਂ ਨੂੰ ਕਤਲੇਆਮ ਕਰਦੇ ਸੀਗੇ। ਉਹਨਾਂ ਨੂੰ ਰੋਕਣ ਦੇ ਲਈ, ਉਹਨਾਂ ਨੂੰ ਸਪਰੈਸ ਕਰਨ ਦੇ ਲਈ ਵਿਲੀਅਮ ਬੈਂਟਿਕ ਦੁਆਰਾ ਕਿਹੜੇ ਅਫਸਰ ਨੂੰ ਅਪੁਆਇੰਟ ਕੀਤਾ ਗਿਆ। ਚੌਥਾ ਕੁਐਸਚਨ, ਬਨਾਰਸ ਵਿਖੇ ਸੰਸਕ੍ਰਿਤ ਕਾਲਜ ਤੇ ਕਲਕੱਤਾ ਜਿਹੜੀ ਮਦਰਸਾ ਸੀਆਂ ਇਹ ਕਾਹਦੇ ਵਾਸਤੇ ਬਣਾਈਆਂ ਸੀ, ਇਹ ਮੈਨੂੰ ਦੱਸਣ ਦੀ ਲੋੜ ਨਹੀਂ। ਇਹ ਦੱਸੋ ਵੀ ਇਹ ਕਿਹਨੇ ਕਿਹਨੇ ਐਸਟੈਬਲਿਸ਼ ਕੀਤੀਆਂ ਸੀਆਂ। ਪੰਜਵਾਂ ਕੁਐਸਚਨ, ਇਹਦੀ ਚੇਅਰਮੈਨਸ਼ਿਪ ਦੇ ਅੰਡਰ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਇੱਕ ਕਮੇਟੀ ਦੁਆਰਾ ਜੋ ਕਿ ਬਣਾਈ ਗਈ ਸੀ ਬੇਸਿਕ ਐਜੂਕੇਸ਼ਨ ਨੂੰ ਲੈ ਕੇ 1937 ਦੇ ਵਿੱਚ ਮਹਾਰਾਸ਼ਟਰ ਦੇ ਵਰਧਾ ਵਿਖੇ। UPSC ਦੇ ਵਿੱਚ ਇਹ ਸਵਾਲ ਪੁੱਛਿਆ ਹੋਇਆ। ਛੇਵਾਂ ਕੁਐਸਚਨ, ਕਹਿੰਦੇ ਕਿਹੜੀ ਲਾਸਟ ਸਟੇਟ ਸੀ ਜਿਹਨੂੰ ਡਾਕਟਰਾਈਨ ਆਫ ਲੈਬਸ ਦੇ ਤਹਿਤ ਅਨੈਕਸ ਕੀਤਾ ਗਿਆ। ਪਹਿਲੀ ਸਟੇਟ ਦਾ ਹਰੇਕ ਪੁੱਛ ਲੈਂਦਾ ਹੈਗਾ, ਲਾਸਟ ਦੱਸੋ ਮੈਨੂੰ ਵੀ ਕਿਹੜੀ ਲਾਸਟ ਸਟੇਟ ਸੀਗੀ ਜਿਹਨੂੰ ਡਾਕਟਰਾਈਨ ਆਫ ਲੈਬਸ ਦੇ ਤਹਿਤ ਅਨੈਕਸ ਕੀਤਾ ਗਿਆ। ਸੱਤਵਾਂ ਕੁਐਸਚਨ, ਕਹਿੰਦੇ ਅਫੀਸ਼ੀਅਲ ਸੀਕਰਟ ਐਕਟ ਇਹ ਕਿਹੜੇ ਵਾਇਸਰਾਏ ਦੇ ਟਾਈਮ ਦੇ ਵਿੱਚ ਭਾਰਤ ਦੇ ਵਿੱਚ ਪਾਸ ਹੋਇਆ ਸੀ। ਅੱਠਵਾਂ ਕੁਐਸਚਨ, ਵਰਨੈਕੂਲਰ ਪ੍ਰੈਸ ਐਕਟ, ਤੁਹਾਨੂੰ ਇਹਦੇ ਬਾਰੇ ਮੈਂ ਡਿਟੇਲ ਵਿੱਚ ਪੜ੍ਹਾ ਚੁੱਕਿਆ, ਇਹ ਦੱਸੋ ਇਸ ਐਕਟ ਨੂੰ ਕਿਹਨੇ ਖਤਮ ਕੀਤਾ ਸੀ, ਕਿਹਨੇ ਰੀਪੀਲ ਕੀਤਾ ਸੀ। ਨੌਵਾਂ ਕੁਐਸਚਨ, ਕਹਿੰਦੇ ਸਡੀਸ਼ਨ ਚਾਰਜਿਸ ਇਹ ਸ਼ਬਦ ਅਕਸਰ ਨਿਊਜ਼ ਦੇ ਵਿੱਚ ਵੀ ਸੁਣਦੇ ਹਾਂ ਤੇ ਆਪਾਂ ਮੋਰਨ ਹਿਸਟਰੀ ਵਿੱਚ ਵੀ ਪੜ੍ਹਿਆ ਇਹਦੇ ਬਾਰੇ, ਇਹਦਾ ਜ਼ਿਕਰ ਇੰਡੀਅਨ ਪੀਨਲ ਕੋਡ ਦੇ ਕਿਹੜੇ ਸੈਕਸ਼ਨ ਦੇ ਵਿੱਚ ਕੀਤਾ ਹੋਇਆਗਾ, ਦੱਸੋ। ਦਸਵਾਂ ਤੇ ਆਖਰੀ ਕੁਐਸਚਨ, ਚਾਰ ਥਾਵਾਂ ਨੇਗੀਆਂ ਕਿਹੜੀ ਕਿਹੜੀਆਂ, ਡੈਕਾ, ਮੁਰਸ਼ਿਦਾਬਾਦ, ਪਟਨਾ ਤੇ ਬਕਸਰ। ਲਾਰਡ ਕਾਰਨਵਾਲਿਸ ਨੇ ਕੁਝ ਕੁ ਸਰਕਿਟ ਕੋਰਸ ਬਣਾਈਆਂ ਸੀਗੀਆਂ ਚਾਰ ਥਾਵਾਂ ਦੇ ਉੱਪਰ, ਤੇ ਇਹ ਦੱਸੋ ਹੁਣ ਮੈਨੂੰ ਇਹਨਾਂ ਚਾਰ ਜਗ੍ਹਾਵਾਂ ਦੇ ਵਿੱਚੋਂ ਕਿਹੜੀ ਜਗ੍ਹਾ ਦੇ ਵਿੱਚ ਸਰਕਿਟ ਕੋਰਟ ਅਸਟੈਬਲਿਸ਼ ਨਹੀਂ ਕੀਤੀ ਗਈ ਸੀ ਲਾਰਡ ਕਾਰਨਵਾਲਿਸ ਦੁਆਰਾ, ਕੀ ਉਹ ਡੈਕਾ, ਮੁਰਸ਼ਿਦਾਬਾਦ, ਪਟਨਾ ਜਾਂ ਬਕਸਰ, ਇਹਨਾਂ ਚੋਂ ਕਿਹੜੀ ਨਹੀਂ ਸੀਗੀ, ਇਹ ਆਨਸਰ ਵੀ ਕਮੈਂਟ ਬਾਕਸ ਦੇ ਵਿੱਚ ਦੱਸੋ। ਤੇ ਆਹ ਮਾੜਾ ਜਿਹਾ ਕਰੈਕਸ਼ਨ ਕਰ ਲਿਓ, ਇਹ ਮੈਂ ਟੈਸਟ ਦੀ ਪੀਡੀਓ ਦੇ ਵਿੱਚ ਵੀ ਗਲਤੀ ਕਰ ਚੁੱਕਿਆ, ਚਲੋ ਕੋਈ ਗੱਲ ਨਹੀਂ, ਉਰੇ ਲੀ ਕਮਿਸ਼ਨ ਕਰ ਲਿਓ, ਠੀਕ ਹੈ। ਐਸਲਾਈਨਟਨ, ਐਚਿਨਸਨ ਤੇ ਲੀ ਕਮਿਸ਼ਨ, ਇਹਨਾਂ ਤਿੰਨਾਂ ਨੂੰ ਕਰਨੋਲੋਜੀ ਦੇ ਵਿੱਚ ਅਰੇਂਜ ਕਰੋ। ਹੁਣ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਕੁਐਸਚਨ, ਆਪਾਂ ਨੇ ਇਹ 'ਚ ਦੇਖਣਾ ਕਿਹੜਾ ਇਹਨਾਂ 'ਚੋਂ ਗਲਤ ਮੈਚ ਆਏ, ਯਾਨੀ ਕਿ ਕਿਹੜੀ ਆਪਸ਼ਨ ਇਹਨਾਂ 'ਚੋਂ ਗਲਤ ਹੈ, ਠੀਕ ਹੈ। ਨੋਟ ਕਰੈਕਟਲੀ ਪੁੱਛਿਆ ਇਹਨਾਂ ਨੇ, ਵਿੱਚ ਵਨ ਆਫ ਦਾ ਫੋਲੋਇੰਗ ਪੇਅਰ ਇਜ਼ ਨੋਟ ਕਰੈਕਟਲੀ ਮੈਚ। ਇਹ ਕੁਐਸਚਨ ਆਪਾਂ ਨੂੰ ਤਾਂ ਹੀ ਸੋਲਵ ਹੋਊਗਾ ਜੇ ਆਹ ਦਿੱਤੀਆਂ ਚੀਜ਼ਾਂ ਦੇ ਆਪਾਂ ਨੂੰ ਟਾਈਮ ਲਾਈਨ ਪਤਾ ਵੀ ਕਿਹੜੇ ਕਿਹੜੇ ਟਾਈਮ ਦੇ ਵਿੱਚ ਇਹ ਚੀਜ਼ਾਂ ਪਾਸ ਹੋਈਆਂ ਸੀ, ਤਾਂ ਹੀ ਆਪਾਂ ਤੋਂ ਇਹ ਕੁਐਸਚਨ ਸੋਲਵ ਹੋਊਗਾ। ਕੁਐਸਚਨ ਬੜਾ ਵਧੀਆ ਹੈਗਾ। ਪਹਿਲੀ ਸਟੇਟਮੈਂਟ ਕਹਿੰਦੇ ਪਿਟਸ ਇੰਡੀਆ ਐਕਟ ਵਾਰਨ ਹਾਸਟਿੰਗ, ਇਹਦੇ ਸਾਹਮਣੇ ਇਹ ਲਾ ਰੱਖਿਆ, ਇੱਥੋਂ ਤਾਂ ਇਹ ਮਤਲਬ ਨਿਕਲਦਾ ਵੀ ਪਿਟਸ ਇੰਡੀਆ ਐਕਟ ਵਾਰਨ ਹਾਸਟਿੰਗ ਸਾਹਿਬ ਦੇ ਵੇਲੇ ਪਾਸ ਹੋਇਆ ਹੋਊਗਾ। ਹਾਂਜੀ, ਇਹੀ ਕੁਛ ਇਹਦਾ ਮਤਲਬ ਨਿਕਲਦਾ। ਸੋ ਹੁਣ ਆਪਾਂ ਨੂੰ ਸੋਚਣਾ ਪਊਗਾ ਵੀ ਜਿਹੜਾ ਪਿਟਸ ਇੰਡੀਆ ਐਕਟ ਹੈ ਪਹਿਲਾਂ ਇਹ ਆਇਆ ਕਦੋਂ ਸੀ, ਆਇਆ ਕਦੋਂ ਸੀਗਾ, 1784 'ਚ।
ਕਿ ਉਦੋਂ ਭਾਰਤ ਦੇ ਵਿੱਚ ਜਿਹੜਾ ਗਵਰਨਰ ਜਨਰਲ ਹੁੰਦਾ ਸੀ ਵਾਰਨਾਸਟਿੰਗ ਹੁੰਦਾ ਸੀਗਾ, ਹਾਂਜੀ ਵਾਰਨਾਸਟਿੰਗ ਸਾਹਿਬ ਹੀ ਹੁੰਦੇ ਸੀਗੇ, ਇਹ ਆਪਸ਼ਨ ਤਾਂ ਹੈਗੇ ਠੀਕ। ਦੂਸਰਾ ਡਾਕਟ੍ਰਾਈਨ ਆਫ ਲੈਪਸ, ਕੀ ਇਹ ਲਾਰਡ ਡਲਹੌਜ਼ੀ ਵੀ ਲਿਆਇਆ ਸੀਗਾ, ਸੋਚੋ ਧਿਆਨ ਦੇ ਨਾਲ, ਡਲਹੌਜ਼ੀ 1848 ਤੋਂ ਲੈ ਕੇ 56 ਤੱਕ ਰਿਹਾ ਸੀਗਾ ਤੇ 48 ਚ ਲੈ ਕੇ ਆਇਆ ਸੀਗਾ। ਡਾਕਟ੍ਰਾਈਨ ਆਫ ਲੈਪਸ ਨੂੰ ਲੈ ਕੇ ਉਹਨੇ ਸਾਰੀ ਪਾਲਿਸੀ ਦਿੱਤੀ ਸੀਗੀ, ਡਲਹੌਜ਼ੀ ਸਾਹਿਬ ਦੀ ਹੀ ਦੇਣ ਸੀਗੇ, ਹਾਂਜੀ ਇਹ ਆਪਸ਼ਨ ਵੀ ਠੀਕ ਹੈ। ਵਰਨੈਕੂਲਰ ਪ੍ਰੈਸ ਐਕਟ, ਕੀ ਇਹ ਲਾਰਡ ਕਰਜ਼ਨ ਦੇ ਵੇਲੇ ਆਇਆ ਸੀਗਾ, ਦੱਸੋ ਧਿਆਨ ਦੇ ਨਾਲ। ਦੇਖੋ ਪਹਿਲਾਂ ਲਾਰਡ ਕਰਜ਼ਨ ਦੀ ਤੁਹਾਨੂੰ ਟਾਈਮਲਾਈਨ ਪਤਾ ਹੋਣੀ ਚਾਹੀਦੀ। ਲਾਰਡ ਕਰਜ਼ਨ ਤਾਂ ਵਾਇਸਰਾਏ ਰਿਹਾ ਭਾਰਤ ਦਾ 1900 ਤੋਂ ਲੈ ਕੇ 1905 ਦੇ ਅਰਾਊਂਡ, ਬਟ ਜਿਹੜਾ ਵਰਨੈਕੂਲਰ ਪ੍ਰੈਸ ਐਕਟ ਸੀ ਇਹ ਤਾਂ 1878 ਦੇ ਵਿੱਚ ਆਇਆ ਸੀ, ਉਦੋਂ ਲਾਰਡ ਕਰਜ਼ਨ ਥੋੜੀ ਹੁੰਦਾ ਸੀ, ਉਦੋਂ ਤਾਂ ਲਾਰਡ ਲਿਟਨ ਹੁੰਦਾ ਸੀਗਾ ਜਿਹਦੇ ਵੇਲੇ ਵਰਨੈਕੂਲਰ ਪ੍ਰੈਸ ਐਕਟ ਆਇਆ ਸੀਗਾ। ਇਹ ਆਪਸ਼ਨ ਹੋਊਗੀ ਗਲਤ ਤੇ ਇਹੀ ਆਪਣਾ ਆਨਸਰ ਹੈ ਆਪਸ਼ਨ ਸੀ। ਚੌਥੀ ਸਟੇਟਮੈਂਟ ਦੇਖ ਲੈਣੇ ਆ, ਪਰਮਾਨੈਂਟ ਸੈਟਲਮੈਂਟ, ਕੀ ਇਹ ਲਾਰਡ ਕਾਰਨਵਾਲਿਸ ਦੇ ਵੇਲੇ ਆਇਆ ਸੀਗਾ, ਹਾਂਜੀ ਲਾਰਡ ਕਾਰਨਵਾਲਿਸ ਨੇ ਹੀ ਪਰਮਾਨੈਂਟ ਸੈਟਲਮੈਂਟ ਨੂੰ ਇੰਟਰੋਡਿਊਸ ਕੀਤਾ ਸੀ। ਆਪਾਂ ਦੇ ਕੁਐਸਚਨ 'ਚ ਰੋਂਗ ਸਟੇਟਮੈਂਟ ਪੁੱਛੀ ਸੀ ਕਿਹੜੀ ਹੈ, ਉਹ ਹੈ ਜੀ ਆਪਸ਼ਨ ਸੀ ਵਰਨੈਕੂਲਰ ਪ੍ਰੈਸ ਐਕਟ ਲਾਰਡ ਲਿਟਨ ਦੇ ਟਾਈਮ ਆਇਆ ਸੀ, ਨਾ ਕਿ ਲਾਰਡ ਕਰਜ਼ਨ। ਦੂਸਰਾ ਕੁਐਸਚਨ ਦੇਖੋ, ਤਿੰਨ ਸਟੇਟਮੈਂਟ ਦਿੱਤੀਆਂ ਨੇ, ਕਿਹੜੀ ਇਹਨਾਂ 'ਚ ਠੀਕ ਹੈ ਕਿਹੜੀ ਗਲਤ ਹੈ। ਪਹਿਲੀ ਸਟੇਟਮੈਂਟ ਕਹਿੰਦੇ ਵਾਰਨ ਹਸਟਿੰਗ ਵਾਸ ਦਾ ਫਸਟ ਗਵਰਨਰ ਜਨਰਲ ਹੂ ਐਸਟੈਬਲਿਸ਼ਡ ਏ ਰੈਗੂਲਰ ਪੁਲਿਸ ਫੋਰਸ ਇਨ ਇੰਡੀਆ, ਕਿ ਵਾਰਨ ਹਸਟਿੰਗ ਪਹਿਲਾ ਗਵਰਨਰ ਜਨਰਲ ਸੀਗਾ ਜਿਹਨੇ ਇੱਕ ਰੈਗੂਲਰ ਪੁਲਿਸ ਫੋਰਸ ਐਸਟੈਬਲਿਸ਼ ਕੀਤੀ ਭਾਰਤ ਦੇ ਵਿੱਚ। ਸੋਚੋ ਧਿਆਨ ਦੇਣਾ, ਵਾਰਨ ਹਸਟਿੰਗ ਥੋੜੀ ਸੀ ਕਾਰਨ ਵਾਲੇ ਸਾਹਿਬ ਸੀ, ਤਾਂ ਹੀ ਤਾਂ ਇਹਨਾਂ ਨੂੰ ਫਾਦਰ ਆਫ ਸਿਵਲ ਸਰਵਿਸਿਸ ਦੇ ਨਾਲ ਨਾਲ ਜਾਣਿਆ ਜਾਂਦਾ ਹੈ। ਤਾਂ ਕਾਫੀ ਕੁਝ ਕੀਤਾ ਸੀ ਸਿਵਲ ਸਰਵਿਸਿਸ ਨੂੰ ਲੈ ਕੇ ਵੀ ਇਹਨਾਂ ਨੇ, ਤੇ ਪੁਲਿਸ ਨੂੰ ਲੈ ਕੇ ਵੀ ਇਹਨਾਂ ਨੇ ਪ੍ਰੋਪਰ ਤੁਸੀਂ ਕਹਿ ਲਓ ਮਾਡਰਨਾਈਜ਼ ਕੀਤਾ ਸੀਗਾ ਇੰਡੀਅਨ ਸਿਸਟਮ ਆਫ ਥਾਣਾਜ਼ ਨੂੰ, ਤਾਂ ਇੱਕ ਰੈਗੂਲਰ ਪੁਲਿਸ ਫੋਰਸ ਐਸਟੈਬਲਿਸ਼ ਕੀਤੀ ਸੀ ਕਿਹਨੇ, ਕਾਰਨ ਵਾਲੇ ਸਾਹਿਬ ਨੂੰ, ਜਿਹੜਾ ਪਹਿਲਾਂ ਲਾਅ ਐਂਡ ਆਰਡਰ ਦਾ ਜਿਹੜਾ ਮੈਟਰ ਸੀਗਾ ਜ਼ਮੀਨਦਾਰਾਂ ਕੋਲ ਹੁੰਦਾ ਸੀ, ਉਹਨਾਂ ਤੋਂ ਖੋ ਕੇ ਉਹਨਾਂ ਨੂੰ ਟੈਕਸ ਇਕੱਠਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਪਰਮਾਨੈਂਟ ਸੈਟਲਮੈਂਟ ਸਿਸਟਮ ਦੇ ਵਿੱਚ। ਤੇ ਜਿਹੜੇ ਇੱਥੇ ਥਾਣੇ ਦੇ ਵਿੱਚ ਜਿਹੜਾ ਸਟਰਕਚਰ ਸੀਗਾ ਉਹਨੂੰ ਇਹਨੇ ਪ੍ਰੋਪਰ ਆਰਗੇਨਾਈਜ਼ ਕੀਤਾ, ਜਿਵੇਂ ਕਿ ਐਸਪੀ ਲਾਤਾ ਦਰੋਗਾ ਜ਼ਿਲ੍ਹਾ ਤੇ ਉਹਦੇ ਹੇਠਾਂ ਜ਼ਿਲ੍ਹੇ ਦੇ ਵਿੱਚ, ਇਹ ਸਾਰਾ ਕੁਝ ਤੁਹਾਨੂੰ ਮੈਂ ਪੜ੍ਹਾ ਚੁੱਕਿਆ। ਸੋ ਵਾਰਨਾਸਟਿੰਗ ਸਾਹਿਬ ਨਹੀਂ ਸੀਗੇ, ਉਰੇ ਕਾਰਨ ਵਾਲੇ ਸਾਹਿਬ ਸੀਗੇ, ਪਹਿਲੀ ਸਟੇਟਮੈਂਟ ਹੋ ਗਈ ਗਲਤ। ਦੂਸਰੀ ਸਟੇਟਮੈਂਟ ਕਹਿੰਦੇ ਸੁਪਰੀਮ ਕੋਰਟ ਅਸਟੈਬਲਿਸ਼ ਹੋਈ ਕਲਕੱਤਾ ਵਿਖੇ ਬਾਈ ਦਾ ਰੈਗੂਲੇਟਿੰਗ ਐਕਟ ਆਫ 1773। ਹਾਂਜੀ ਇਹ ਐਕਟ ਆਇਆ ਸੀਗਾ, ਪਹਿਲਾ ਐਕਟ ਸੀਗਾ ਈਸਟ ਇੰਡੀਆ ਕੰਪਨੀ ਦੇ ਜਿਹੜੇ ਕੰਮਕਾਰ ਨੇ ਉਹਨੂੰ ਭਾਰਤ ਦੇ ਵਿੱਚ ਰੈਗੂਲੇਟ ਕਰਨ ਦੇ ਲਈ ਇਹ ਐਕਟ ਲਿਆਂਦਾ ਸੀ। ਇਸ ਐਕਟ ਦੇ ਅਕੋਰਡਿੰਗ ਇੱਕ ਸੁਪਰੀਮ ਕੋਰਟ ਅਸਟੈਬਲਿਸ਼ ਕੀਤੀ ਗਈ ਕਲਕੱਤਾ ਵਿਖੇ, ਠੀਕ ਹੈ। ਤੇ ਇਹਦਾ ਪਹਿਲਾ ਚੀਫ ਜਸਟਿਸ ਕੌਣ ਸੀਗੇ, ਸਰ ਐਲੀਜ਼ਾ ਇੰਫੇ ਸਾਹਿਬ। ਇਹ ਆਪਸ਼ਨ ਇਹਨਾਂ ਦੀ ਠੀਕ ਹੈ, ਆਪਸ਼ਨ ਦੂਸਰੀ ਠੀਕ ਹੈ। ਤੀਸਰੀ ਸਿਸਟਮ ਕਹਿੰਦਾ ਇੰਡੀਅਨ ਪੀਨਲ ਕੋਡ ਵਾਸ ਦਾ ਰਿਜ਼ਲਟ ਆਫ ਕੋਡੀਫਿਕੇਸ਼ਨ ਆਫ ਲਾਜ਼ ਬਾਈ ਦਾ ਲਾਰਡ ਮੈਕੂਲੇ। ਹਾਂਜੀ ਵਿਲੀਅਮ ਬੈਂਟਿਕ ਸਾਹਿਬ ਨੇ ਦੇਖੋ ਇਹ ਜ਼ਿੰਮੇਵਾਰੀ ਦਿੱਤੀ ਸੀ ਵੀ ਦੇਖੋ ਹੁਣ ਕ੍ਰਾਈਮ ਵੀ ਵੱਧਦਾ ਜਾਂਦਾ ਤੇ ਆਪਾਂ ਨੂੰ ਹੁਣ ਪ੍ਰੋਪਰ ਜਿਹੜੇ ਕਾਨੂੰਨ ਨੇ ਉਹਨਾਂ ਦੀ ਕੋਡੀਫਿਕੇਸ਼ਨ ਕਰਨੀ ਪਊਗੀ ਵੀ ਕਿਹੜੇ ਕਾਨੂੰਨ ਵਾਸਤੇ ਕਿਹੜੇ ਜੁਰਮ ਵਾਸਤੇ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ, ਕਿੰਨਾ ਜੁਰਮਾਨਾ ਹੋਣਾ ਚਾਹੀਦਾ ਹੈ, ਤਾਂ ਕਿ ਇਹ ਚੀਜ਼ਾਂ ਨੂੰ ਛੇਤੀ ਨੱਥ ਪਾਈ ਜਾ ਸਕੇ। ਤੇ ਫਿਰ ਵਿਲੀਅਮ ਬੈਂਟਿਕ ਸਾਹਿਬ ਨੇ ਮਕੂਲੇ ਸਾਹਿਬ ਨੂੰ ਕਿਹਾ ਵੀ ਕਰੋ ਚਾਚਾ ਜੀ ਕੁਛ, ਤੇ ਮਕੂਲੇ ਸਾਹਿਬ ਕਹਿੰਦੇ ਵੀ ਠੀਕ ਹੈ ਬੇਟੇ ਮੈਂ ਕਰਦਾ ਕੁਛ, ਤੇ ਉਹਦੀ ਦੇਣ ਹੈ ਆਹ ਸਾਰਾ ਕੁਛ, ਸਿਵਲ ਪ੍ਰੋਸੀਜਰ ਕੋਡ, ਇੰਡੀਅਨ ਪੀਨਲ ਕੋਡ, ਕ੍ਰਿਮੀਨਲ ਪ੍ਰੋਸੀਜਰ ਕੋਡ, ਇਹ ਸਾਰਾ ਕੁਛ ਮਕੂਲੇ ਸਾਹਿਬ ਦੀ ਹੀ ਦੇਣ ਹੈ। ਸੋ ਕੀ ਆਨਸਰ ਆ ਗਿਆ, ਇਹ ਆਪਸ਼ਨ ਵੀ ਠੀਕ ਹੈ। ਦੂਸਰੀ ਤੇ ਤੀਸਰੀ ਆਪਸ਼ਨ ਆਪਣੀ ਠੀਕ ਆ ਗਈ, ਪਹਿਲੀ ਆਪਸ਼ਨ ਆਪਣੀ ਗਲਤ ਸੀ। ਆਨਸਰ ਕੀ ਆ ਗਿਆ ਆਪਣਾ, ਆਪਸ਼ਨ ਬੀ 2 and 3 ਸਟੇਟਮੈਂਟਸ ਆਰ ਕਰੈਕਟ। ਤੀਸਰਾ ਕੁਐਸਚਨ ਬੜਾ ਵਧੀਆ ਕੁਐਸਚਨ ਹੈ, ਕਰਨੋਲੋਜੀ ਦੇ ਵਿੱਚ ਪੁੱਛਿਆ ਤੁਹਾਡੇ ਤੋਂ ਵੀ ਇਹ ਸਾਰੇ ਐਵੈਂਟ ਦਿੱਤੇ ਹੋਏ ਨੇ ਤੁਹਾਨੂੰ, 4 ਐਵੈਂਟ ਦਿੱਤੇ ਨੇ, ਇਹਨਾਂ ਨੂੰ ਕਰਨੋਲੋਜੀ ਦੇ ਵਿੱਚ ਅਰੇਂਜ ਕਰੋ, ਸਭ ਤੋਂ ਪਹਿਲਾਂ ਕਿਹੜਾ ਆਇਆ ਸੀ, ਸਭ ਤੋਂ ਲਾਸਟ ਦੇ ਵਿੱਚ ਕਿਹੜਾ ਐਵੈਂਟ ਹੋਇਆ ਸੀ। ਸੋ ਆਪਾਂ ਪੜ੍ਹ ਲੈਣਾ, ਤਾਂ ਆਪਾਂ ਨੂੰ ਟਾਈਮਲਾਈਨ ਦੇਖੋ ਹਿਸਟਰੀ ਦੇ ਵਿੱਚ ਟਾਈਮਲਾਈਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਹੁਣ ਜੇ ਇਹ 4 ਐਵੈਂਟ ਦੇ ਵਿੱਚ ਤੁਹਾਨੂੰ ਇਹਨਾਂ ਦੀ ਡੇਟ ਬਾਰੇ ਹੀ ਨਹੀਂ ਪਤਾ ਵੀ ਕਦੋਂ ਕਿਹੜਾ ਐਵੈਂਟ ਹੋਇਆ ਸੀ, ਤਾਂ ਤੁਸੀਂ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰ ਦੋਗੇ। ਸੋ ਡੇਟ ਵੀ ਤਾਂ ਯਾਦ ਹੋਊਗੀ, ਰੱਟਾ ਤਾਂ ਹੈ ਨਹੀਂ ਕੋਈ, ਭੁੱਲ ਜਾਓਗੇ ਜੇ ਰੱਟਾ ਲਓਗੇ, ਸਮਝ ਕੇ ਕਰੋਗੇ ਤਾਂ ਤੁਹਾਨੂੰ ਸਭ ਕੁਝ ਯਾਦ ਆਜੂਗਾ। ਤੇ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਹੈ ਆਪਦੇ ਵੱਲੋਂ ਵੀ ਤੁਹਾਨੂੰ ਵਧੀਆ ਵਧੀਆ ਐਗਜ਼ਾਮਪਲਾਂ ਦੇ ਨਾਲ ਸਾਰਾ ਕੁਝ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਕੀਤਾ ਜਾ ਸਕੇ, ਤਾਂ ਕਿ ਤੁਸੀਂ ਰੱਟਾ ਨਾ ਲਓ, ਸਮਝ ਕੇ ਹਰੇਕ ਚੀਜ਼ ਨੂੰ ਕਵਰ ਕਰੋ। ਸੋ ਆਪਾਂ ਹੁਣ ਪੜ੍ਹ ਲੈਣਾ, ਤੇ ਕੋਈ ਤਾਂ ਕੁਝ ਵੀ ਨਹੀਂ ਹੁੰਦਾ, ਮਾਡਰਨ ਹਿਸਟਰੀ ਵਿੱਚ ਟਾਈਮਲਾਈਨ ਯਾਦ ਕਰਨੀ ਕੋਈ ਖਾਸ ਗੱਲ ਨਹੀਂ ਹੈਗੀ, ਥੋੜੀ ਜਿਹੀ ਰਿਵੀਜ਼ਨ ਵਧੀਆ ਤਾਂ ਕੁਝ ਵੀ ਔਖਾ ਨਹੀਂ। ਚਾਰਲਸ ਵੁੱਡ ਡਿਸਪੈਚ, ਪਹਿਲੀ ਆਪਸ਼ਨ, ਚਾਰਲਸ ਵੁੱਡ ਡਿਸਪੈਚ ਐਜੂਕੇਸ਼ਨ ਨੂੰ ਲੈ ਕੇ ਆਇਆ ਸੀਗਾ, ਠੀਕ ਹੈ। ਚਾਰਲਸ ਵੁੱਡ ਇਹ ਬੋਰਡ ਆਫ ਕੰਟਰੋਲ ਦੇ ਡਾਇਰੈਕਟਰ ਵੀ ਰਹਿ ਚੁੱਕੇ ਸੀਗੇ, ਬ੍ਰਿਟਿਸ਼ ਦੇ ਐਮ ਪੀ ਵੀ ਸੀਗੇ ਪਾਰਲੀਮੈਂਟ ਦੇ, ਤੇ ਇਹਨਾਂ ਨੇ ਇਹ ਡਿਸਪੈਚ ਭੇਜਿਆ ਸੀਗਾ ਭਾਰਤ ਦੇ ਵਿੱਚ ਡਲਹੌਜ਼ੀ ਸਾਹਿਬ ਦੇ ਵੀਰੇ, ਠੀਕ ਹੈ, 1854 ਦੇ ਵਿੱਚ। ਸੋ ਇਹਦਾ ਕੀ ਹੈ, 1854 ਦੇ ਵਿੱਚ ਚਾਰਲਸ ਵੁੱਡ ਡਿਸਪੈਚ ਆਇਆ ਸੀ। ਦੂਸਰਾ ਮੈਕੂਲੇ ਮਿਨਟ ਔਨ ਐਜੂਕੇਸ਼ਨ ਕਦੋਂ ਆਇਆ ਸੀ, ਪਹਿਲੀ ਗੱਲ ਮੈਕੂਲੇ ਸਾਹਿਬ ਨੂੰ ਐਜੂਕੇਸ਼ਨ ਦੀ ਜ਼ਿੰਮੇਵਾਰੀ ਕਾਹਤੋਂ ਦਿੱਤੀ ਸੀ, ਕਿਉਂਕਿ ਜਿਹੜਾ ਬੈਂਟਿਕ ਸਾਹਿਬ ਨੇ ਇੱਕ ਕਮਿਸ਼ਨ ਬਿਠਾਏ ਸੀਗੇ ਵੀ ਚੈੱਕ ਕਰੋ ਐਜੂਕੇਸ਼ਨ ਆਪਾਂ ਨੇ ਕਿਵੇਂ ਦੇਣੀ ਹੈ, ਜਿਹੜਾ 1 ਲੱਖ ਰੁਪਇਆ ਸਪੈਂਡ ਕਰਨਾ ਪੜ੍ਹਾਈ ਦੇ ਉੱਪਰ ਕਿਵੇਂ ਲਾਉਣਾ ਕਿੱਥੇ ਲਾਉਣਾ, ਉਹਦੇ ਵਾਸਤੇ ਧੜਾ ਬਣਾਇਆ। ਉਹ ਧੜਾ ਆਪਸ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਇੱਕ ਓਰੀਐਂਟਲਿਸਟ
मैकुले साहब कहते कोई नहीं मैं हल कर दा ना। हुण 1835 दे विच फिर मैकुले मेरिट ऑन एजुकेशन आया सी जिहदे विच इन्होंने एजुकेशन पॉलिसी बारे दस्सिया सी। सो दूसरी ऑप्शन 1835 दे विच आया सी अपना मैकुले का मेरिट ऑन एजुकेशन। तीसरा सर्जेंट एजुकेशन रिपोर्ट कदों आई सी, ये तो देश की आजादी तो जस्ट 2-3 साल पहला आया सी, 1944 आया सर्जेंट एजुकेशन रिपोर्ट है में? ये बहुत इंपॉर्टेंट रिपोर्ट से काफ़ी कुछ एजुकेशन लैके दसया गया से यह भी दसया गया भी आने वाले कुछ क साल जी भारत में एजुकेशन का स्तर है वह आप ब्रिटिश लाइन के उपर लैके जाना है। तो बहुत बहुत वधिया रिकमेंडेशन सी इस रिपोर्ट के बट लागू नहीं हो सकिया, बट एक कमीशन बहुत इंपॉर्टेंट से 1944 आया सी। चौथा हंटर एजुकेशन कमीशन 1882 के राउंड आया सीगा लॉर्ड रिपन साहब के वेले, इन्हें प्राइमरी ते सेकेंडरी एजुकेशन के उपर आपका फोकस दिता सीगा हंटर कमीशन ने। सो हुण डेट्स मैं तुहानू दस्सदी हाँ, हुण इन्हां नूं अरेंज कर दो क्रोनोलॉजी। सब तो पहला मैकुले साहब वाला आया सी 1835 दे विच, ऑप्शन 2 सब तो पहला होगी यानी कि ऑप्शन सी ते डी एलीमिनेट होगी, अपना आंसर जां तां ऑप्शन ए है जां ऑप्शन बी है। सो हुण कर दो मैकुले वाला 1835 2, फिर वुड्स डिस्पैच 1854, फिर ऑप्शन 1 ठीक है 2-1 इत्थे कम हो जाएगा, फिर आपां नूं अगलियां ऑप्शनां भी चैक करनियां पैणगियां। फिर सर्जेंट वाला कदों आया सी 1944 च यानी कि इहदा सब तो लास्ट आऊगा। फिर तीसरे नंबर पर आऊगा जी हंटर एजुकेशन कमीशन 1882 च, फिर चौथे पर आऊगा सर्जेंट कमीशन 1944 च। सो केड़ी ऑप्शन बन गई 2-1-4-3 यानी कि ऑप्शन ए अपना आंसर है। अगले क्वेश्चन वाल चलते हैं, उस पहला आ देख लो इन्हें एक्सप्लेनेशन तुम पढ़ सकते हो, वैसे तो हम मैंने पढ़ाने की लड़ नहीं, मैं बड़ी डिटेल पढ़ा चुके हैं। चौथा क्वेश्चन परमानेंट सैटलमेंट सिस्टम को लेकर पूछा गया, हम कल कल लैंड रेवन्यू सिस्टम बारे मैं क्वेश्चन बनाए ने, इन्हों सॉल्व करते हैं। परमानेंट सैटलमेंट सिस्टम लेके तीन स्टेटमेंट दसिया ने, देखो केड़ी ठीक है केड़ी गलत। पहली स्टेटमेंट कहते इन द सिस्टम द कंपनी शेयर इन द रेवेन्यू वाज फिक्स्ड परमानेंटली विद द जमींदार, ये स्टेटमेंट ठीक है या गलत है? हाँ जी ठीक है, कंपनी का जो शेयर है रेवेन्यू के जमींदार फिक्स किया जाता सीगा भी एक बार जो रेट फिक्स हो गया वो चेंज नहीं हो सकता। यह चीज़ मैं थोड़ा पढ़ाई सी, कंपनी का शेयर कितना सी बहुत ज्यादा सीगा 99% सीगा, जमींदार को मगर की बचा कुछ भी नहीं। सो पहली स्टेटमेंट हो गई इन्हें ठीक। दूसरी स्टेटमेंट कहते जमींदार वर मेड हैरीटिटरी ओनर ऑफ द लैंड, जमींदार जमीन का ओनर बनाया गया। हाँ जी आ देखो परमानेंट सैटलमेंट की ही लाइन पढ़ाई सी, जमींदार द्वारा रिकॉग्नाइज एज द ओनर ऑफ द लैंड, दे वर ऑलसो नोन एज तालुकदार, ये स्टेटमेंट भी ठीक है। तीसरी स्टेटमेंट इट वॉज इंट्रोड्यूस ऑन द रिकमेंडेशन ऑफ सर जॉन शॉर्ट, ये स्टेटमेंट देखो हैगी तो ठीक हैगी, अपना आंसर आ गया ऑप्शन डी, ऑल आर करेक्ट। बट ये बारे तो मैं उस चैप्टर के पढ़ा भुल गया, बट कोई गल नहीं, इस टैसट के जॉन शोर का जिक्र इस सिस्टम किमें आया ये बारे पढ़ लेना है। तो इस चीज़ में प्लीज़ जो तुम नोट्स वगैरह बना रहे हो तो यह चीज़ में आपके नोट्स के ऐड कर लो भी जो परमानेंट सैटलमेंट्स वाला सिस्टम सीगा सर जॉन शोर की रिकमेंडेशन के उपर लिया गया सीगा, बड़ा इंपॉर्टेंट क्वेश्चन है। हुण थोड़ा जिहा इहदे बारे भी पढ़ लेना जॉन शोर साहब वाले, तो देखो कार्नवाली साहब ने वारन हास्टिंग्स नूं सक्सीड किया एज गवर्नर जनरल ऑफ बंगाल 1786 आ गए थे भारत के कार्नवाली साहब, 93 तक यह रहे थे। इन्हों तो बाद कार्नवाली साहब तो जस्ट बाद 93 तो लैके तुम कह लो 98 तक जो गवर्नर जनरल रहे बंगाल का उस बंदे का नाम सीगा सर जॉन शोर। जॉन शोर के टाइम कुछ खास तो होया नहीं, बट कुछ गल्लां इंपॉर्टेंट ने जो कि वो टाइमलाइन के आई सी। एक जो नपोलियन बोनापार्ट सीगा वह फ्रांस के राइज कर रहा है, दूसरा इधर परमानेंट सैटलमेंट वाला सिस्टम से यह भी जॉन शोर की रिकमेंडेशन के उपर भारत के लिया गया। तो जॉन शोर तो बाद जस्ट बाद कौन आया सीगा गवर्नर, तुम मैं कमेंट बॉक्स के दस दो। 1799 के राउंड वेल्सली साहब से ठीक है, चलो मैं ही दसता। सो हुण होया कि ब्रिटिश पार्लीमेंट ने जिहड़ा 1784 एक्ट सीगा इन्होंने कोर्ट ऑफ डायरेक्टर ने यह मतलब दिशा निर्देश दिए भी कंपनी को, ईस्ट इंडिया कंपनी को भी जो रेवेन्यू का एनुअल बेसिस से सिस्टम चलाया होगा उसी थोड़ा जहा मॉडर्नाइज करो, थोड़ा जहाँ सुधारो, तो यह जो रेवेन्यू वाला सिस्टम है तुम परमानेंट बेसिस के उपर करो। कार्नवालिस ने जिम्मेवारी दी गई, तो कार्नवालिस ने अगे एक इनकुआरी कमेटी बिठाती रेवेन्यू सैटलमेंट को लेकर, यदि चेयरमैनशिप के अंडर सर जॉन शोर की चेयरमैनशिप के अंडर, तो इन्होंने पूरी चंगी तरह इनकुआयर किया चैक किया तो यह कहा भी परमानेंट जो रेवेन्यू सिस्टम है इनू लियाओ। 1799 के जॉन शोर ने अपनी रिपोर्ट सबमिट की, तो यदि रिपोर्ट की बेसिस के उपर पहले 10 साल के लिए जमींदार जो टैक्स वह सैटलमेंट फिक्स की गई परमानेंट की, फिर मतलब ये 10 साल वास्ते पहला यह सिस्टम इनिशियली, फिर 1793 कॉर्नवालिस ने प्रोक्लेमेशन पढ़ के जो परमानेंट लैंड रेवेन्यू सिस्टम इनू परमानेंट बनाता। यह कुछ इतिहास जॉन शोर जी जुड़िया हुआ। सो इस क्वेश्चन आंसर अपना ऑप्शन डी है, सारिया स्टेटमेंट्स करैक्ट ने।
ਪੰਜਵਾਂ ਕੁਐਸਚਨ ਰਿਓਤਵਾੜੀ ਸਿਸਟਮ ਦੇ ਨਾਲ ਡੀਲ ਕਰਦਾ ਹੈਗਾ। ਤਿੰਨ ਸਟੇਟਮੈਂਟਾਂ ਨੇ ਆਪਾਂ ਦੇਖਦੇ ਹਾਂ। ਪਹਿਲੀ ਸਟੇਟਮੈਂਟ ਕਹਿੰਦੇ ਇਨ ਦੀ ਸਿਸਟਮ, ਰਿਓਤਵਾੜੀ ਸਿਸਟਮ ਦੇ ਨਾਲ ਸੰਬੰਧ ਵਿੱਚ ਆਪਾਂ ਗੱਲ ਕਰ ਰਹੇ ਹਾਂ। ਪਹਿਲੀ ਸਟੇਟਮੈਂਟ ਕਹਿੰਦਾ ਜ਼ਮੀਨਦਾਰ ਵਾਜ਼ ਰਿਸਪੋਂਸੀਬਲ ਟੂ ਪੇ ਲੈਂਡ ਰੈਵਨਿਊ ਟੂ ਦਾ ਸਟੇਟ। ਹੁਣ ਸੋਚੋ ਧਿਆਨ ਦੇਣਾ, ਜ਼ਮੀਨਦਾਰਾਂ ਦਾ ਤਾਂ ਰਿਓਤਵਾੜੀ ਸਿਸਟਮ ਵਿੱਚ ਰੋਲ ਹੀ ਖਤਮ ਕਰਤਾ ਸੀਗਾ, ਠੀਕ ਹੈ। ਸਿੱਧਾ ਜਿਹੜਾ ਕਿਸਾਨ ਭਾਈ ਸੀਗਾ, ਪੀਜੈਂਟ ਸੀਗਾ, ਉਹਦੇ ਤੋਂ ਹੀ ਟੈਕਸ ਲੈਂਦੇ ਸੀਗੇ ਅੰਗਰੇਜ਼। ਆ ਦੇਖੋ, ਡਾਇਰੈਕਟ ਸੈਟਲਮੈਂਟ ਵਾਸ ਮੇਡ ਬਿਟਵੀਨ ਦਾ ਗਵਰਨਮੈਂਟ ਐਂਡ ਦਾ ਰਿਓਤ ਕਲਟੀਵੇਟਰ। ਸੋ ਜ਼ਮੀਨਦਾਰ ਦਾ ਤਾਂ ਰੋਲੇ ਖਤਮ ਹੋ ਗਿਆ ਸੀ ਰਿਓਤਵਾੜੀ ਸਿਸਟਮ ਦੇ ਵਿੱਚ। ਸੋ ਇਹ ਰਿਸਪੋਂਸੀਬਲ ਕਿਵੇਂ ਹੋਊਗਾ ਲੈਂਡ ਰੈਵਨਿਊ ਵਾਸਤੇ? ਸੋ ਇਹ ਆਪਸ਼ਨ ਤੋਂ ਕੀ ਗਲਤ ਹੈ, ਆਪਸ਼ਨ 1 ਜੀ ਦੇ ਜਿਹੜੀ ਸਟੇਟਮੈਂਟ ਦੇ ਵਿੱਚ ਐਲੀਮੀਨੇਟ ਕਰ ਦਿਓ। ਆਪਸ਼ਨ ਏ ਤੇ ਆਪਸ਼ਨ ਬੀ ਐਲੀਮੀਨੇਟ ਹੋ ਗਿਆ। ਆਪਣਾ ਆਨਸਰ ਜ਼ਿਆਦਾ ਆਪਸ਼ਨ ਸੀ ਹੈ ਜਾਂ ਆਪਸ਼ਨ ਡੀ ਹੈ। ਦੂਸਰੀ ਸਟੇਟਮੈਂਟ ਕਹਿੰਦੇ ਜਿਹੜਾ ਇਹ ਰਿਓਤਵਾੜੀ ਸਿਸਟਮ ਹੈ, ਇਹ ਇੰਟਰੋਡਿਊਸ ਕੀਤਾ ਗਿਆ ਸੀਗਾ ਹਾਲਟ ਸੀ ਮਕੈਂਜ਼ੀ ਦੁਆਰਾ। ਸੋਚੋ ਧਿਆਨ ਦੇਣਾ, ਕਿਹਨੇ ਇੰਟਰੋਡਿਊਸ ਕੀਤਾ ਸੀ? ਤਾਂ ਦੇਖੋ, ਇਹਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ ਆਪਣਾ ਜਿਹੜਾ ਤੁਸੀਂ ਕਹਿ ਲਓ ਰਿਓਤਵਾੜੀ ਸਿਸਟਮ ਸੀਗਾ, ਇਹਨੂੰ ਹਾਲਟ ਸੀ ਮਕੈਂਜ਼ੀ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ। ਇਹਨੂੰ ਸਭ ਤੋਂ ਪਹਿਲਾਂ ਤਾਂ ਟ੍ਰਾਇਲ ਬੇਸਿਸ ਤੇ ਇੰਟਰੋਡਿਊਸ ਕੀਤਾ ਗਿਆ ਸੀਗਾ ਟੀਪੂ ਸੁਲਤਾਨ ਦੀਆਂ ਜਿਹੜੇ ਟੈਰੇਟਰੀਜ਼ ਅੰਗਰੇਜ਼ਾਂ ਨੇ ਅਕਵਾਇਰ ਕੀਤੀਆਂ ਸੀ ਉੱਥੇ। ਫਿਰ ਇਹਨੂੰ ਮਦਰਾਸ ਪ੍ਰੈਜ਼ੀਡੈਂਸੀ ਦੇ ਵਿੱਚ ਸਰ ਥੋਮਸ ਮੁਨਰੋ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀਗਾ ਲਾਰਡ ਹਾਸਟਿੰਗ ਦੇ ਵੇਲੇ 1820 ਦੇ ਵਿੱਚ। ਸੋ ਟ੍ਰਾਇਲ ਬੇਸਿਸ ਤੇ ਕਲਨ ਅਲੈਗਜ਼ੈਂਡਰ ਰੀਡ ਨੇ ਇੰਟਰੋਡਿਊਸ ਕੀਤਾ ਸੀ, ਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਵਿੱਚ ਫਿਰ ਥੋਮਸ ਮੁਨਰੋ ਨੇ ਇਹਨੂੰ ਇੰਟਰੋਡਿਊਸ ਕੀਤਾ ਸੀ, ਤੇ ਹਾਲਟ ਮਕੈਂਜ਼ੀ ਨੇ ਤੀਸਰਾ ਜਿਹੜਾ ਮਹਲਵਾੜੀ ਸਿਸਟਮ ਸੀਗਾ ਉਹ ਇੰਟਰੋਡਿਊਸ ਕੀਤਾ ਸੀ, ਉਹ ਸਟਾਰਟ ਕੀਤਾ ਸੀਗਾ, ਸਟਾਰਟ ਕੀਤਾ ਸੀ ਵਿਲੀਅਮ ਬੈਂਟਿਕ ਸਾਹਿਬ ਦੇ ਐਰਾ ਦੇ ਵਿੱਚ। ਯਾਨੀ ਕਿ ਇੰਟਰੋਡਿਊਸ ਬੈਂਟਿਕ ਸਾਹਿਬ ਨੇ ਕੀਤਾ ਸੀ ਮਹਲਵਾੜੀ ਸਿਸਟਮ, ਤੇ ਸਟਾਰਟ ਹਾਲਟ ਸੀ ਮਕੈਂਜ਼ੀ ਨੇ ਕੀਤਾ ਸੀ। ਸੋ ਜਿਹੜਾ ਇਹ ਰਿਓਤਵਾੜੀ ਸਿਸਟਮ ਹੈ, ਮਕੈਂਜ਼ੀ ਸਾਹਿਬ ਨੇ ਨਹੀਂ, ਇਹ ਅਲੈਗਜ਼ੈਂਡਰ ਰੀਡ ਤੇ ਥੋਮਸ ਮੁਨਰੋ ਇਹਨਾਂ ਨੇ ਇੰਟਰੋਡਿਊਸ ਕੀਤਾ ਸੀਗਾ, ਨਾ ਕਿ ਹਾਲਟ ਸੀ ਮਕੈਂਜ਼ੀ ਨੇ। ਦੂਸਰੀ ਸਟੇਟਮੈਂਟ ਵੀ ਹੋ ਗਈ ਆਪਣੀ ਗਲਤ। ਤੀਸਰੀ ਸਟੇਟਮੈਂਟ ਦੇਖ ਲੈਂਦੇ ਹਾਂ। ਕਹਿੰਦੇ ਜਿਹੜਾ ਰਿਓਤਵਾੜੀ ਸਿਸਟਮ ਹੈ ਉਹ ਗੰਗਾ ਵੈਲੀ, ਪੰਜਾਬ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੇ ਸੈਂਟਰਲ ਇੰਡੀਆ ਦੇ ਕੁਝ ਹਿੱਸਿਆਂ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ। ਹੁਣ ਤੁਹਾਨੂੰ ਮੈਂ ਸਮਝਾਇਆ ਸੀ ਕਿ ਜਿਹੜੇ ਇਹ ਸਿਸਟਮ ਨੇ ਕਿਹੜੇ ਕਿਹੜੇ ਰੀਜਨ ਦੇ ਵਿੱਚ ਸਟਾਰਟ ਕੀਤੇ ਨੇ, ਤੁਹਾਡੇ ਤੋਂ ਪੁੱਛਿਆ ਜਾਣਾ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸੋ ਜਿਹੜਾ ਰਿਓਤਵਾੜੀ ਸਿਸਟਮ ਸੀਗਾ, ਪਹਿਲੀ ਗੱਲ ਉਹ ਤਾਂ ਬੰਬੇ, ਮਦਰਾਸ, ਈਸਟਰਨ ਬੰਗਾਲ, ਅਸਾਮ, ਕੁਰਗ ਯਾਨੀ ਕਿ ਕਰਨਾਟਕਾ ਦਾ ਕੁਝ ਹਿੱਸੇ, ਇਹਨਾਂ ਏਰੀਆ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀਗਾ। ਫਿਰ ਹੈ ਜਿਹੜੀ ਆ ਤੀਸਰੀ ਆਪਸ਼ਨ ਹੈ, ਇਹ ਤਾਂ ਮਾਲਵਾੜੀ ਸਿਸਟਮ ਦੇ ਵਿੱਚ ਇੰਟਰੋਡਿਊਸ ਕੀਤੇ ਗਏ ਸੀਗੇ, ਇਹਨਾਂ ਰੀਜਨ ਦੇ ਵਿੱਚ ਮਾਲਵਾੜੀ ਸਿਸਟਮ ਲੱਗਿਆ ਸੀ, ਨਾ ਕਿ ਰਿਓਤਵਾੜੀ। ਸੋ ਆਪਸ਼ਨ ਆ ਗਿਆ ਆਪਣਾ ਆਨਸਰ ਡੀ। ਕੋਈ ਵੀ ਸਟੇਟਮੈਂਟ ਇਹਨਾਂ 'ਚ ਠੀਕ ਨਹੀਂ ਗੀ, ਸਾਰੀਆਂ ਦੇ ਸਾਰੀਆਂ ਗਲਤ ਨੇ। ਤੇ ਅੱਗੇ ਆਪਾਂ ਚੱਲਦੇ ਹਾਂ। UPSC ਨੇ 2017 'ਚ ਕੁਸਚਨ ਪੁੱਛ ਲਿਆ, ਸਿੰਪਲ ਕੁਸਚਨ ਸੀਗਾ ਵੀ ਰਿਓਤਵਾੜੀ ਸਿਸਟਮ ਨੂੰ ਕੌਣ ਲੈ ਕੇ ਆਇਆ ਸੀ, ਕਿਹੜੇ ਕਿਹੜੇ ਬੰਦੇ ਰਿਓਤਵਾੜੀ ਸਿਸਟਮ ਦਾ ਇੰਟਰੋਡਿਊਸ ਲੈ ਕੇ ਆਏ ਸੀਗੇ। ਹੁਣ ਤਾਂ ਆਪਾਂ ਨੂੰ ਪਤਾ ਚੱਲ ਹੀ ਗਿਆ, ਇੱਕ ਤਾਂ ਅਲੈਗਜ਼ੈਂਡਰ ਰੀਡ ਸਾਹਿਬ ਸੀਗੇ, ਕਲਨਰ ਸੀਗੇ ਇਹ, ਤੇ ਦੂਸਰਾ ਥੋਮਸ ਮੁਨਰੋ ਸੀਗੇ, ਠੀਕ ਹੈ। ਆਪਸ਼ਨ ਕਿਹੜੀ ਆ ਗਈ? ਆਪਸ਼ਨ ਸੀ ਆ ਗਈ, 2 and 3, ਕਾਰਨ ਵਾਲੀ ਸਾਹਿਬ। ਹੁਣ ਦੇਖੋ, ਜੇ ਇਸ ਕੁਸਚਨ ਦੇ ਵਿੱਚ ਤੁਹਾਨੂੰ ਇਹਨਾਂ ਦੋਵੇਂ ਬੰਦਿਆਂ ਦੇ ਨਾਮ ਬਾਰੇ ਪਤਾ ਨਹੀਂ ਹੈਗਾ ਵੀ ਕੌਣ ਨੇ, ਅਲੈਗਜ਼ੈਂਡਰ ਰੀਡ ਕੌਣ ਹੈ, ਥੋਮਸ ਮੁਨਰੋ ਕੌਣ ਹੈ, ਇਹਨਾਂ ਬਾਰੇ ਜੇ ਤੁਹਾਨੂੰ ਨਹੀਂ ਪਤਾ, ਤੁਸੀਂ ਵੀ ਫਿਰ ਵੀ ਇਸ ਕੁਸਚਨ ਨੂੰ ਸੋਲਵ ਕਰ ਸਕਦੇ ਸੀ। ਕਿਵੇਂ? ਜੇ ਤੁਹਾਨੂੰ ਲਾਰਡ ਕਾਰਨਵਾਲਿਸ ਬਾਰੇ ਪਤਾ ਹੈ। ਹੁਣ ਤੁਹਾਨੂੰ ਪਤਾ ਹੈ ਕਾਰਨਵਾਲਿਸ ਦਾ ਤਾਂ ਆ ਨਾ ਤਾਂ ਰਿਓਤਵਾੜੀ ਦੇ ਨਾਲ ਕੋਈ ਸੰਬੰਧ ਹੈ, ਨਾ ਹੀ ਮਾਲਵਾੜੀ ਦੇ ਨਾਲ ਕੋਈ ਸੰਬੰਧ ਹੈ। ਕਾਰਨਵਾਲਿਸ ਨੇ ਤਾਂ ਪਰਮਾਨੈਂਟ ਸੈਟਲਮੈਂਟ ਲਿਆਂਦਾ ਸੀ। ਸੋ ਆਪਸ਼ਨ 1 ਤੁਸੀਂ ਜੇ ਐਲੀਮੀਨੇਟ ਕਰਤੀ ਤਾਂ ਕਿਹੜੀ ਐਲੀਮੀਨੇਟ ਹੋ ਗਈ? ਆਪਸ਼ਨ ਏ, ਬੀ ਤੇ ਡੀ, ਤਿੰਨ ਆਪਸ਼ਨਾਂ ਤਾਂ ਸਿੱਧੀਆਂ ਐਲੀਮੀਨੇਟ ਹੋ ਗਈਆਂ। ਆਪਣਾ ਆਨਸਰ ਆਪਾਂ ਨੂੰ ਖੁਦ ਬਾਏ ਖੁਦ ਮਿਲ ਜੂਗਾ ਜੇ ਤੁਹਾਨੂੰ ਇਕੱਲੇ ਕਾਰਨਵਾਲਿਸ ਬਾਰੇ ਪਤਾ ਸੀਗਾ। ਸੋ ਆਪਾਂ ਤਾਂ ਹੁਣ ਸਾਰਾ ਹੀ ਸੋਲਵ ਕਰ ਲਿਆ, ਆਪਣਾ ਆਨਸਰ ਕੀ ਹੈਗਾ? ਆਪਸ਼ਨ ਸੀ, ਦੂਸਰੀ ਤੇ ਤੀਸਰੀ ਸਟੇਟਮੈਂਟ ਠੀਕ ਹੈ। ਹੁਣ ਆਪਾਂ ਅੱਗੇ ਵਧਦੇ ਹਾਂ ਜੀ 7ਵੇਂ ਕੁਸਚਨ ਵੱਲ। ਇਹ ਹੈ ਜੀ ਮਾਹਲਵਾੜੀ ਸਿਸਟਮ ਦੇ ਉੱਪਰ ਕੁਸਚਨ ਬਣਾਇਆ ਹੈਗਾ। ਤਿੰਨ ਸਟੇਟਮੈਂਟਾਂ ਨੇ ਇਸ ਸਿਸਟਮ ਨੂੰ ਲੈ ਕੇ, ਦੇਖਦੇ ਹਾਂ ਕਿਹੜੀ ਠੀਕ ਹੈ। ਪਹਿਲੀ ਸਟੇਟਮੈਂਟ ਕਹਿੰਦੇ ਇਹਨੂੰ ਇੰਟਰੋਡਿਊਸ ਕੀਤਾ ਗਿਆ ਗੰਗਾ ਵੈਲੀ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਪੰਜਾਬ ਤੇ ਸੈਂਟਰਲ ਇੰਡੀਆ ਦੇ ਕੁਝ ਹਿੱਸਿਆਂ ਦੇ ਵਿੱਚ। ਹਾਂਜੀ ਦੇਖੋ, ਇਹਦੇ ਬਾਰੇ ਹੁਣ ਆਪਾਂ ਪੜ੍ਹ ਚੁੱਕੇ ਹਾਂ, ਇਹਨਾਂ ਰੀਜਨ ਦੇ ਵਿੱਚ ਹੀ ਮਾਲਵਾੜੀ ਸਿਸਟਮ ਨੂੰ ਇੰਟਰੋਡਿਊਸ ਕੀਤਾ ਗਿਆ ਸੀਗਾ, ਇਹ ਤਾਂ ਹੋ ਗਈ ਗੱਲ ਠੀਕ। ਦੂਸਰੀ ਸਟੇਟਮੈਂਟ ਕਹਿੰਦੇ ਦਾ ਰੈਵਨਿਊ ਸੈਟਲਮੈਂਟ ਅੰਡਰ ਦਿਸ ਸਿਸਟਮ ਵਾਜ਼ ਡਿਟਰਮਾਈਨਡ ਔਨ ਅ ਪਰਮਾਨੈਂਟ ਬੇਸਿਸ। ਬੜੀ ਝਕਾਨੀ ਸਟੇਟਮੈਂਟ ਹੈ। ਕਹਿੰਦੇ ਰੈਵਨਿਊ ਸੈਟਲਮੈਂਟ ਜਿਹੜੀ ਹੁੰਦੀ ਸੀ ਮਾਲਵਾੜੀ ਸਿਸਟਮ ਵਿੱਚ, ਕੀ ਉਹ ਪਰਮਾਨੈਂਟ ਹੁੰਦੀ ਸੀ? ਪਰਮਾਨੈਂਟ ਸੈਟਲਮੈਂਟ ਵਾਂਗੂ ਵੀ ਇੰਨਾ ਜੁਰਮਾਨਾ ਜਿਹੜਾ ਸਾਰੀ ਇੰਨਾ ਜਿਹੜਾ ਰੈਵਨਿਊ ਹੈ ਉਹ ਫਿਕਸ ਹੈਗਾ ਜਾਂ ਨਹੀਂ? ਨਾ, ਮੈਂ ਤੁਹਾਨੂੰ ਕੀ ਸਮਝਾਇਆ ਸੀਗਾ? ਮੈਂ ਤੁਹਾਨੂੰ ਇਹ ਸਮਝਾਇਆ ਸੀਗਾ ਵੀ ਜਿਹੜਾ ਮਾਲਵਾੜੀ ਸਿਸਟਮ ਵਿੱਚ ਰੈਵਨਿਊ ਹੈ ਉਹ ਪੀਰੀਓਡਿਕਲੀ ਰਿਵਾਈਜ਼ ਹੁੰਦਾ ਰਹੂਗਾ। ਫਸਲ ਨੂੰ ਦੇਖਦੇ ਜੇ ਫਸਲ ਵੱਧ ਹੋ ਗਈ ਉਹ ਰੈਵਨਿਊ ਵੱਧ ਵੀ ਲਗਾਇਆ ਜਾ ਸਕਦਾ, ਇਹ ਕੋਈ ਫਿਕਸ ਨਹੀਂ ਸੀਗਾ। ਪੀਰੀਓਡਿਕਲੀ ਰਿਵਾਈਜ਼ ਹੁੰਦਾ ਸੀਗਾ ਰੈਵਨਿਊ, ਪਰਮਾਨੈਂਟ ਬੇਸਿਸ ਦੇ ਉੱਪਰ ਡਿਟਰਮਾਈਨ ਨਹੀਂ ਕੀਤਾ ਜਾਂਦਾ ਸੀ। ਦੂਸਰੀ ਸਟੇਟਮੈਂਟ ਹੋ ਗਈ ਗਲਤ। ਤੀਸਰੀ ਸਟੇਟਮੈਂਟ ਕਹਿੰਦੇ ਅੰਡਰ ਦਾ ਮਾਲਵਾੜੀ ਸਿਸਟਮ ਦਾ ਕਲਟੀਵੇਸ਼ਨ ਵਾਸ ਡਨ ਕਲੈਕਟਿਵਲੀ ਬਟ ਰੈਵਨਿਊ ਟੂ ਬੀ ਪੇਡ ਇੰਡੀਵਿਜੁਅਲੀ। ਕੀ ਇਹ ਸਟੇਟਮੈਂਟ ਠੀਕ ਹੈ ਜਾਂ ਗਲਤ ਹੈ? ਤਾਂ ਦੇਖੋ, ਇਹ ਸਟੇਟਮੈਂਟ ਹੋ ਗਈ ਗਲਤ। ਕਲਟੀਵੇਸ਼ਨ ਯਾਨੀ ਕਿ ਫਸਲ ਉਗਾਉਂਦਾ ਬੀਜ ਦਾ ਕੌਣ ਸੀਗਾ? ਕਿਸਾਨ ਆਪਦੇ ਤੌਰ ਤੇ ਕਰਦਾ ਸੀ, ਯਾਨੀ ਕਿ ਕਲਟੀਵੇਸ਼ਨ ਇੰਡੀਵਿਜੁਅਲ ਤੌਰ ਤੇ ਹੁੰਦੀ ਸੀ, ਬਟ ਰੈਵਨਿਊ ਜਦੋਂ ਦੇਣਾ ਸੀ ਅੰਗਰੇਜ਼ਾਂ ਨੂੰ ਤਾਂ ਸਾਰੇ
ਕਲੈਕਟਿਵਲੀ ਰਿਸਪੋਨਸੀਬਲ ਹੁੰਦਾ ਸੀਗਾ, ਇਹਦੇ ਬਾਰੇ ਮੈਂ ਤੁਹਾਨੂੰ ਪੜ੍ਹਾ ਚੁੱਕਿਆ। ਸੋ ਇੱਥੇ ਥੋੜ੍ਹੀ ਜਿਹੀ ਟ੍ਰਿਕੀ ਬਣਾਤੀ ਸੀਗੀ ਸਟੇਟਮੈਂਟ, ਤੀਸਰੀ ਸਟੇਟਮੈਂਟ ਵੀ ਹੋ ਗਈ ਗਲਤ, ਦੂਸਰੀ ਵੀ ਗਲਤ, ਪਹਿਲੀ ਠੀਕ ਹੈ, ਆਂਸਰ ਕੀ ਆ ਗਿਆ ਆਪਸ਼ਨ ਬੀ, ਵਨ ਓਨਲੀ ਇਜ਼ ਕਰੈਕਟ। ਅੱਠਵਾਂ ਕੁਐਸਚਨ ਯੂਪੀਐਸਸੀ ਨੇ 2003 ਦੇ ਵਿੱਚ ਪੁੱਛ ਲਿਆ, ਚਾਰਲਸ ਵੁੱਡ ਡਿਸਪੈਚ ਨੂੰ ਲੈ ਕੇ, ਜੋ ਕਿ 1854 ਚ ਆਇਆ ਸੀ। ਇਹਨਾਂ ਨੇ ਇਹ ਪੁੱਛਿਆ ਵੀ ਜਿਹੜਾ ਐਜੂਕੇਸ਼ਨ ਦਾ ਮਕਸਦ ਸੀਗਾ ਚਾਰਲਸ ਵੁੱਡ ਡਿਸਪੈਚ ਤੋਂ ਲਿਆ ਕੇ, ਉਹ ਮਕਸਦ ਕੀ ਸੀ, ਏਮ ਕੀ ਸੀ। ਬੜਾ ਵਧੀਆ ਕੁਐਸਚਨ ਸੀਗਾ। ਆਪਾਂ ਤਾਂ ਚਾਰਲਸ ਵੁੱਡ ਜਿਹੜਾ ਡਿਸਪੈਚ ਸੀ ਉਹਦੀ ਇਕੱਲੀ ਇਕੱਲੀ ਰਿਕਮੈਂਡੇਸ਼ਨ ਪੜ੍ਹੀ ਹੈ, ਤੇ ਉਹਨਾਂ ਨੇ ਉਹਨਾਂ ਰਿਕਮੈਂਡੇਸ਼ਨ ਨੂੰ ਤੁਸੀਂ ਕਹਿ ਲਓ ਨਿਚੋੜ ਕੱਢ ਕੇ ਇਹ ਏਮ ਲਿਖਤੇ, ਮਕਸਦ ਲਿਖਤੇ ਵੀ ਕੀ ਮਕਸਦ ਸੀਗਾ ਚਾਰਲਸ ਵੁੱਡ ਡਿਸਪੈਚ ਨੂੰ ਲਿਆਉਣ ਦਾ। ਆਪਾਂ ਪੜ੍ਹ ਲੈਣੇ ਆ। ਪਹਿਲਾ ਕੀ, ਪਹਿਲੀ ਸਟੇਟਮੈਂਟ ਕਹਿੰਦਾ ਟੂ ਕ੍ਰੀਏਟ ਇੰਪਲੋਇਮੈਂਟ ਓਪਰਚੁਨਿਟੀਜ਼ ਫੋਰ ਨੇਟਿਵ ਇੰਡੀਆ। ਅਜੇ ਤਾਂ ਕੁਝ ਵੀ ਨਹੀਂ ਸੀਗਾ ਚਾਰਲਸ ਵੁੱਡ ਡਿਸਪੈਚ ਦੇ ਵਿੱਚ ਇੰਪਲੋਇਮੈਂਟ ਨੂੰ ਲੈ ਕੇ, ਇਹਦਾ ਐਜੂਕੇਸ਼ਨ ਨੂੰ ਲੈ ਕੇ ਆਇਆ ਸੀ ਨਾ। ਸੋ ਫਿਰ ਐਜੂਕੇਸ਼ਨ ਦੇ ਸੰਬੰਧ ਵਿੱਚ ਆਪਾਂ ਕੋਈ ਆਪਸ਼ਨ ਲੱਭਾਂਗੇ। ਦੂਸਰੀ ਸਟੇਟਮੈਂਟ ਕਹਿੰਦਾ ਟੂ ਸਪਰੈਡ ਵੈਸਟਰਨ ਕਲਚਰ ਇੰਡੀਆ, ਵੈਸਟਰਨ ਕਲਚਰ ਸਪਰੈਡ ਕਰਨ ਦਾ ਤਾਂ ਕੋਈ ਵੀ ਇਹਦੇ ਮਕਸਦ ਨਹੀਂ ਸੀਗਾ, ਇਹ ਸਟੇਟਮੈਂਟ ਵੀ ਹੋ ਗਈ ਗਲਤ। ਤੀਸਰੀ ਸਟੇਟਮੈਂਟ ਦਾ ਪ੍ਰਮੋਸ਼ਨ ਆਫ ਲਿਟਰੇਸੀ ਅਮੰਗ ਦਾ ਪੀਪਲ ਯੂਜ਼ਿੰਗ ਇੰਗਲਿਸ਼ ਮੀਡੀਅਮ ਆਫ ਲੈਂਗੁਏਜ। ਹਾਂਜੀ, ਇਹੀ ਆਪਣਾ ਆਨਸਰ ਹੈਗਾ। ਲਿਟਰੇਸੀ ਪ੍ਰਮੋਟ ਕਰਨੀ ਸੀ ਭਾਰਤ ਦੇ ਵਿੱਚ, ਮਾਸ ਐਜੂਕੇਸ਼ਨ ਦੀ ਇਹਨੇ ਗੱਲ ਕੀਤੀ ਸੀ ਵੀ ਸਾਰਿਆਂ ਨੂੰ ਪੜ੍ਹਾਇਆ ਜਾਵੇ ਇੰਗਲਿਸ਼ ਮੀਡੀਅਮ ਦਾ। ਇਹ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਚਾਰਲਸ ਵੁੱਡ ਡਿਸਪੈਚ, ਆ ਦੇਖੋ ਇੱਥੋਂ ਹੀ ਆਪਣਾ ਆਨਸਰ ਆ ਜਾਂਦਾ, ਇਟ ਇਜ਼ ਕਾਲਡ ਮੈਗਨਾ ਕਾਰਟਾ ਆਫ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ। ਆਪਸ਼ਨ ਸੀ ਇਹਦਾ ਆਨਸਰ ਹੈ। ਚੌਥਾ ਆਪਸ਼ਨ ਡੀ ਆਪਾਂ ਪੜ੍ਹ ਲੈਂਦੇ ਹਾਂ, ਦ ਇੰਟਰੋਡਕਸ਼ਨ ਆਫ ਸਾਇੰਟਿਫਿਕ ਰਿਸਰਚ ਐਂਡ ਰੈਸ਼ਨਲਿਜ਼ਮ ਇਨ ਟ੍ਰੈਡੀਸ਼ਨਲ ਇੰਡੀਅਨ ਐਜੂਕੇਸ਼ਨ। ਇਹ ਵੁੱਡ ਦ ਡਿਸਪੈਚ ਦੀ ਰਿਕਮੈਂਡੇਸ਼ਨ ਥੋੜ੍ਹੀ ਸੀ, ਇਹ ਤਾਂ ਸੈਡਲਰ ਕਮਿਸ਼ਨ ਦੀ ਰਿਕਮੈਂਡੇਸ਼ਨ ਸੀ ਜੋ ਕਿ 1917-18 ਦੇ ਰਾਊਂਡ ਆਇਆ ਸੀਗਾ। ਸੋ ਕੀ ਆਨਸਰ ਆ ਗਿਆ ਆਪਣਾ, ਆਪਸ਼ਨ ਸੀ ਲਿਟਰੇਸੀ ਨੂੰ ਪ੍ਰਮੋਟ ਕਰਨਾ ਸੀ ਯੂਜ਼ਿੰਗ ਇੰਗਲਿਸ਼ ਐਜ ਅ ਮੀਡੀਅਮ ਆਫ ਐਜੂਕੇਸ਼ਨ, ਇਹ ਚਾਰਲਸ ਵੁੱਡ ਦਾ ਮਕਸਦ ਸੀਗਾ। ਠੀਕ ਹੈ, ਆ ਉਹਦੀ ਰਿਕਮੈਂਡੇਸ਼ਨ ਹੈ, ਘਬਰਾਓ ਨਾ। ਰਿਕਮੈਂਡੇਸ਼ਨ ਦੇ ਵਿੱਚ ਵੀ ਮੈਂ ਇੱਕ ਕੁਐਸਚਨ ਬਣਾਇਆ ਹੈਗਾ, ਅੱਗੇ ਤੁਹਾਨੂੰ ਮਿਲਣਾ ਹੈ ਕੁਐਸਚਨ। ਸੱਤਵਾਂ ਕੁਐਸਚਨ ਅਖਬਾਰਾਂ ਨੂੰ ਲੈ ਕੇ, ਜਿਹੜੇ ਮੈਂ ਤੁਹਾਨੂੰ ਅਖਬਾਰਾਂ ਜਿਹੜੇ ਨਿਊਜ਼ਪੇਪਰ ਸੀਗੇ, ਜਰਨਲ ਸੀਗੇ, ਪੈਂਫਲੇਟ ਸੀਗੇ, ਉਹ ਪ੍ਰੈਸ ਵਾਲੇ ਚੈਪਟਰ ਦੇ ਚੈਂਡ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਵੀ ਇਹਨਾਂ ਨੂੰ ਪੜ੍ਹ ਲਿਓ ਨਾ, ਤੇ ਜਿਨ੍ਹਾਂ ਨੇ ਉਹ ਚੀਜ਼ ਸੀਰੀਅਸ ਲਈ ਹੈ ਤਾਂ ਉਹ ਉਹਨਾਂ ਵਾਸਤੇ ਥੋੜ੍ਹਾ ਜਿਹਾ ਸਖਾਲਾ ਹੋ ਜੂਗਾ ਕੁਐਸਚਨ ਸੋਲਵ ਕਰਨਾ, ਤੇ ਜਿਨ੍ਹਾਂ ਨੇ ਉਹ ਚੀਜ਼ ਨੂੰ ਸੀਰੀਅਸ ਨਹੀਂ ਲਿਆ ਸੀਗਾ ਉਹ ਔਖੇ ਹੋਣਗੇ ਪੇਪਰ ਦੇ ਵਿੱਚ, ਕਿਉਂਕਿ ਇਹਨਾਂ ਪੇਪਰਾਂ ਦੇ ਵਿੱਚੋਂ ਅਖਬਾਰਾਂ ਦੇ ਵਿੱਚੋਂ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ। ਤੁਹਾਨੂੰ ਮੈਂ ਅੱਖੀਂ ਦਿਖਾ ਦੇਣਾ, ਆ ਯੂਪੀਐਸਸੀ ਨੇ ਪੁੱਛ ਲਿਆ 2007 'ਚ, ਸ਼ੋਮ ਪ੍ਰਕਾਸ਼ ਨਾਮ ਦਾ ਅਖਬਾਰ ਕਿਹੜੇ ਬੰਦੇ ਨੇ ਸਟਾਰਟ ਕੀਤਾ ਸੀ, ਕੌਣ ਸੀ ਉਹ? ਈਸ਼ਵਰ ਚੰਦਰ ਵਿਦਿਆਸਾਗਰ ਜੀ। ਆ ਲਓ, ਸ਼ੋਮ ਪ੍ਰਕਾਸ਼ ਵੀਕਲੀ ਨਿਊਜ਼ਪੇਪਰ ਸੀਗਾ, ਹਫ਼ਤੇ ਬਾਅਦ ਆਉਂਦਾ ਸੀਗਾ, ਈਸ਼ਵਰ ਚੰਦਰ ਵਿਦਿਆਸਾਗਰ ਜੀ ਦੁਆਰਾ ਇਹਨੂੰ ਲਿਆਂਦਾ ਗਿਆ ਸੀ। ਆਹ ਪੇਪਰ ਤੁਹਾਨੂੰ ਮੈਂ ਉਈ ਨਹੀਂ ਦਿੱਤੇ ਸੀਗੇ, ਇਹ ਪੜ੍ਹਨੇ ਵੀ ਨੇ, ਠੀਕ ਹੈ। ਸੋ ਚੰਗੀ ਤਰ੍ਹਾਂ ਇਹਨਾਂ ਨੂੰ ਤੁਸੀਂ ਕਹਿ ਲਓ ਪ੍ਰਿੰਟ ਆਊਟ ਕਢਾ ਲਓ, ਇਹਨਾਂ ਨੂੰ ਮਿਰਜੇ ਵਾਲਾ ਰੱਟਾ ਜਾੜ ਲਓ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਪੇਪਰ ਕਿਹੜੀ ਭਾਸ਼ਾ ਦੇ ਵਿੱਚ ਹੁੰਦਾ ਸੀ ਤੇ ਕਿਹਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀਗਾ। ਦਸਵਾਂ ਕੁਐਸਚਨ ਆ ਲਓ, ਫਿਰ ਅਖਬਾਰਾਂ 'ਚ ਪੁੱਛ ਲਿਆ ਪੀਪੀਐਸਸੀ ਨੇ, ਪੀਸੀਆ ਜਿਹੜਾ ਐਗਜ਼ੈਕਟਿਵ ਬ੍ਰਾਂਚ ਦਾ ਪੇਪਰ ਹੁੰਦਾ ਹੈਗਾ, 2017 ਦੇ ਵਿੱਚ ਲਿਆ ਸੀ। ਬੜਾ ਵਧੀਆ ਕੁਐਸਚਨ ਪੁੱਛਿਆ ਇਹਨਾਂ ਨੇ, ਬੈਚ ਦਾ ਫੋਲੋਇੰਗ ਟਾਈਪ ਕੁਐਸਚਨ ਪੁੱਛ ਲਿਆ। ਇੱਕ ਸਾਈਡ ਤੇ ਇਹਨਾਂ ਨੇ ਪੇਪਰ ਦੇਤੇ ਨਿਊਜ਼ਪੇਪਰ ਦੇ ਨਾਮ ਜਾਂ ਜਰਨਲ ਦੇ ਨਾਮ, ਦੂਸਰੀ ਸਾਈਡ ਤੇ ਇਹਨਾਂ ਨੇ ਦੇਤੇ ਉਹਨਾਂ ਨੂੰ ਕਿਹਨੇ ਫਾਊਂਡ ਕੀਤਾ ਸੀ ਜਾਂ ਉਹਨਾਂ ਦੇ ਐਡੀਟਰ ਕੌਣ ਸੀਗੇ। ਸੋ ਆਪਾਂ ਸੋਲਵ ਕਰ ਲੈਣਾ। ਸਭ ਤੋਂ ਪਹਿਲਾਂ ਰਸਤ ਕੋਸਤਾਰ, ਗੁਜਰਾਤੀ ਪੇਪਰ ਸੀਗਾ, ਕਿਹਨੇ ਲਿਆਂਦਾ ਸੀ ਇਹ? ਦਾਦਾ ਭਾਈ ਨਰੋਜੀ ਸਾਹਿਬ ਨੇ ਲਿਆਂਦਾ ਸੀਗਾ। ਆ ਲਓ, ਰਸਤ ਕੋਸਤਾਰ ਦਾਦਾ ਭਾਈ ਨਰੋਜੀ ਸਾਹਿਬ ਨੇ ਲਿਆਂਦਾ ਸੀ। ਇਹਦਾ ਆਪਸ਼ਨ ਸੀ ਆ ਗਿਆ, ਇਹਦਾ ਆਪਸ਼ਨ ਤੀਜੀ ਆਪਸ਼ਨ ਆ ਗਈ, ਕਿਹੜੀ ਚ ਪਿਆ? ਆਪਸ਼ਨ ਬੀ ਜਾਂ ਆਪਸ਼ਨ ਡੀ, ਯਾਨੀ ਕਿ ਆਪਸ਼ਨ ਏ ਤੇ ਸੀ ਇਲੀਮੀਨੇਟ ਹੋ ਗਿਆ। ਆਪਣਾ ਆਨਸਰ ਆਪਸ਼ਨ ਬੀ ਜਾਂ ਆਪਸ਼ਨ ਡੀ ਚੋਂ ਹੈ। ਫਿਰ ਆ ਗਿਆ ਜੀ ਅੰਮ੍ਰਿਤ ਬਾਜ਼ਾਰ ਪਤ੍ਰਿਕਾ। ਤੁਹਾਨੂੰ ਯਾਦ ਹੈ ਮੈਂ ਪ੍ਰੈਸ ਵਾਲੇ ਚੈਪਟਰ ਦੇ ਵਿੱਚ ਇੱਕ ਗੱਲ ਪੜ੍ਹਾਈ ਸੀ, ਜਦੋਂ ਲਿਟਨ ਦੇ ਵੇਲੇ ਵਰਨੈਕੂਲਰ ਪ੍ਰੈਸ ਐਕਟ ਆਇਆ ਸੀਗਾ ਤਾਂ ਉਹਦੇ ਵਿੱਚ ਇਹ ਸੀਗਾ ਵੀ ਵਿਤਕਰਾ ਕੀਤਾ ਗਿਆ ਸੀ ਵਰਨੈਕੂਲਰ ਪੇਪਰ ਤੇ ਇੰਗਲਿਸ਼ ਲੈਂਗੁਏਜ ਦੇ ਪੇਪਰ ਵਿੱਚ, ਤੇ ਮਤਲਬ ਇਹ ਸੀਗਾ ਜਿਹੜੇ ਵੀ ਵਰਨੈਕੂਲਰ ਲੋਕਲ ਭਾਸ਼ਾ ਦੇ ਵਿੱਚ ਨਿਊਜ਼ਪੇਪਰ ਛਾਪਣਗੇ ਉਹਨਾਂ ਨਾਲ ਤਾਂ ਪੂਰਾ ਫਿਰ ਤੁਸੀਂ ਕਹਿ ਲਓ ਸਖਤੀ ਕੀਤੀ ਜਾਊਗੀ, ਮੈਜਿਸਟ੍ਰੇਟ ਦੁਆਰਾ ਬੌਂਡ ਵਗੈਰਾ ਸਾਈਨ ਕਰਵਾਇਆ ਜਾਊਗਾ। ਬਟ ਜਿਹੜੇ ਇੰਗਲਿਸ਼ ਪੇਪਰ ਸੀਗੇ ਇੰਗਲਿਸ਼ ਲੈਂਗੁਏਜ ਦੇ ਵਿੱਚ ਛਪਦੇ ਸੀ ਉਹਨਾਂ ਨੂੰ ਉਸ ਐਕਟ ਚੋਂ ਐਕਸਕਲੂਡ ਕੀਤਾ ਗਿਆ ਸੀ। ਤੇ ਜਿਹੜਾ ਆਹ ਅੰਮ੍ਰਿਤ ਬਾਜ਼ਾਰ ਪਤ੍ਰਿਕਾ ਨਾਮ ਦਾ ਪੇਪਰ ਸੀਗਾ, ਸਿਸਿਰ ਕੁਮਾਰ ਘੋਸ਼ ਇਹਦੇ ਫਾਊਂਡਰ ਸੀਗੇ। ਇਹਨਾਂ ਨੇ ਝਕਾਨੀ ਦੇਣ ਦੀ ਕੋਸ਼ਿਸ਼ ਕੀਤੀ ਲਿਟਨ ਸਾਹਿਬ ਹੋਰਾਂ ਨੂੰ, ਇਹਨਾਂ ਨੇ ਰਾਤੋਂ ਰਾਤ ਉਹਦਾ ਪੱਤਰ ਅਖਬਾਰ ਸੀਗਾ ਅੰਗਰੇਜ਼ੀ ਛਾਪਣਾ ਸ਼ੁਰੂ ਕਰਤਾ। ਉਹਨਾਂ ਨੂੰ ਪਤਾ ਲੱਗ ਗਿਆ ਫਿਰ ਲਿਟਨ ਸਾਹਿਬ ਹੋਰਾਂ ਨੂੰ, ਤਾਂ ਹੀ ਫਿਰ ਮੈਂ ਤੁਹਾਨੂੰ ਪੜ੍ਹਾਇਆ ਸੀਗਾ ਲਿਟਨ ਸਾਹਿਬ ਹੋਰਾਂ ਨੇ ਫਿਰ ਜਿਹੜਾ ਪ੍ਰੀ ਸੈਂਸਰਸ਼ਿਪ ਕਲੌਜ ਸੀਗਾ ਉਹ ਰਿਮੂਵ ਕਰਤਾ ਤੇ ਇਹ ਕਿਹਾ ਵੀ ਭਾਈ ਜਿਹੜਾ ਇੱਕ ਅਸਿਸਟੈਂਟ ਕਮਿਸ਼ਨ ਅਪੁਆਇੰਟ ਕਰਤਾ ਸੀਗਾ ਜਿਹਨੂੰ ਕਿਹਾ ਸੀ ਵੀ ਭਾਈ ਸਿਰਫ ਜਿਹੜੀ ਚੱਜ ਦੀ ਤਰਕ ਵਾਲੀ ਕੋਈ ਖਬਰ ਹੈ ਉਹ ਹੀ ਪੇਪਰ ਦੇ ਵਿੱਚ ਛਾਪੀ ਜਾਵੇ। ਸੋ ਅੰਮ੍ਰਿਤ ਬਾਜ਼ਾਰ ਪਤ੍ਰਿਕਾ ਨੂੰ ਸਿਸਿਰ ਕੁਮਾਰ ਘੋਸ਼ ਜੀ ਨੇ ਲਿਆਂਦਾ ਸੀ। ਬੀ ਦਾ ਆਪਸ਼ਨ ਕਿਹੜੀ ਆ ਗਈ? 1। ਏ ਦਾ 3, ਬੀ ਦਾ 1। ਆ ਲਓ ਆਪਣੀ ਬੀ ਆਪਸ਼ਨ ਆਨਸਰ ਬਣ ਗਿਆ, ਆਪਸ਼ਨ ਬੀ ਕਰੈਕਟ ਹੈ। ਬਾਕੀ ਆਪਸ਼ਨ ਵੀ ਪੜ੍ਹ ਲੈਣਾ। ਇੰਡੀਅਨ ਮਿਰਰ, ਇੰਡੀਅਨ ਮਿਰਰ ਨੂੰ ਕਿਹਨੇ ਆਪਸ਼ਨ ਲਿਆਂਦਾ ਸੀ? ਇੰਡੀਅਨ ਮਿਰਰ ਨੂੰ ਦਵਿੰਦਰ ਨਾਥ ਟੈਗੋਰ ਸਾਹਿਬ ਨੇ ਲਿਆਂਦਾ ਸੀ। ਇੱਕ ਇੰਡੀਅਨ ਓਪੀਨੀਅਨ ਨਾਮ ਦਾ ਵੀ ਅਖਬਾਰ ਸੀ ਉਹ ਤੇ ਇਹਦੇ ਵਿੱਚ ਕਨਫਿਊਜ਼ ਨਾ ਹੋ। ਇੰਡੀਅਨ
ਬਰਿੰਦਰ ਕੁਮਾਰ ਗੋਸ਼ ਜੀ ਦੁਆਰਾ ਬਣਾਈ ਗਈ ਸੀ ਤੇ ਉਹਨਾਂ ਦਾ ਇਹ ਪੇਪਰ ਸੀਗਾ ਯੁਗਾਂਤਰ, ਇਹਨੂੰ ਬਰਿੰਦਰ ਕੁਮਾਰ ਗੋਸ਼ ਹੋਰਾਂ ਨੇ ਲਿਆਂਦਾ ਸੀਗਾ। ਸੋ ਕੀ ਆਪਸ਼ਨ ਆ ਗਿਆ, ਏ ਦਾ 3, ਬੀ ਦਾ 1, ਠੀਕ ਹੈ 3-1, ਸੀ ਦਾ 4, ਡੀ ਦਾ 2, 3-1-4-2 ਆਪਸ਼ਨ ਬੀ ਆਪਣਾ ਆਨਸਰ ਆ ਗਿਆ। 11ਵਾਂ ਕੁਐਸਚਨ ਪੀਪੀਐਸਸੀ ਨੇ ਪੁੱਛ ਲਿਆ ਫੋਰੈਸਟ ਵਾਲੇ ਪੇਪਰ ਦੇ ਜੋ ਕਿ ਪਿਛਲੇ ਸਾਲ ਹੋਇਆ ਸੀਗਾ, ਸੌਖਾ ਕੁਐਸਚਨ ਸੀਗਾ ਬੜਾ ਹੀ। ਕਹਿੰਦੇ ਕਿਹੜੀ ਇਹਨਾਂ ਚ ਸਟੇਟ ਨਹੀਂ ਹੈਗੀ ਜਿਹਨੂੰ ਬ੍ਰਿਟਿਸ਼ਰ ਨੇ ਸਬਸਿਡਰੀ ਅਲਾਇੰਸ ਦੇ ਤਹਿਤ ਅਨੈਕਸ ਕੀਤਾ ਹੋਵੇ, ਕਿਹੜੀ ਸਟੇਟ ਨਹੀਂ ਸੀ ਆਪਾਂ ਪੜ੍ਹ ਲੈਣਾ। ਹੈਦਰਾਬਾਦ ਹੈਗੀ ਸੀ, ਉਹ ਤਾਂ ਸਭ ਤੋਂ ਪਹਿਲੀਆਂ ਚ ਕਰ ਗਏ ਸੀਗੇ ਅੰਗਰੇਜ਼ਾਂ ਦੇ ਨਾਲ ਸਬਸਿਡਰੀ ਅਲਾਇੰਸ, ਠੀਕ ਹੈ ਇਹ ਤਾਂ ਪੱਕੀ ਸੀਗੀ। ਮੈਸੂਰ, ਹਾਂਜੀ ਮੈਸੂਰ ਜਦੋਂ ਟੀਪੂ ਸੁਲਤਾਨ ਨੂੰ ਚੌਥੀ ਐਂਗਲੋ ਮੈਸੂਰ ਵਾਰ ਦੇ ਵਿੱਚ ਹਰਾਇਆ ਸੀ, ਟੀਪੂ ਸੁਲਤਾਨ ਮਾਰਿਆ ਗਿਆ ਸੀ, ਉਸ ਤੋਂ ਬਾਅਦ ਜਿਹੜੇ ਵੋਡਿਆਰ ਰਾਜੇ ਸੀਗੇ ਉਹਨਾਂ ਦਾ ਵੰਸ਼ਰ ਸੀਗਾ ਕ੍ਰਿਸ਼ਨ ਰਾਜ ਵੋਡਿਆਰ 3, ਉਹਨੂੰ ਮੈਸੂਰ ਦੀ ਗੱਦੀ ਤੇ ਬਿਠਾਤਾ ਤੇ ਉਹਦੇ ਨਾਲ ਅੰਗਰੇਜ਼ਾਂ ਨੇ ਸਬਸਿਡਰੀ ਅਲਾਇੰਸ ਸਾਈਨ ਕਰ ਲਿਆ ਸੀਗਾ, ਮੈਸੂਰ ਵੀ ਹੈਗਾ ਸੀਗਾ। ਤੀਸਰੀ ਜੋਧਪੁਰ, ਇਹ ਵੀ ਹੈਗਾ ਸੀ। ਚੌਥਾ ਝਾਂਸੀ, ਝਾਂਸੀ ਹੈਗਾ ਸੀ ਗਲਤ, ਝਾਂਸੀ ਨੂੰ ਤਾਂ ਡਾਕਟਰਾਈਨ ਆਫ ਲੈਬਸ ਦੇ ਤਹਿਤ ਅਨੈਕਸ ਕੀਤਾ ਗਿਆ ਸੀ ਡਲਹੌਜ਼ੀ ਦੁਆਰਾ। ਸੋ ਰਾਣੀ ਝਾਂਸੀ ਨੇ ਫਿਰ ਅੱਗੇ ਲੜਾਈ ਵੀ ਲੜੀ ਸੀ, ਉੱਥੇ ਸਬਸਿਡਰੀ ਅਲਾਇੰਸ ਦਾ ਕੋਈ ਰੋਲ ਨਹੀਂ ਸੀ, ਝਾਂਸੀ ਡਾਕਟਰਾਈਨ ਆਫ ਲੈਬਸ ਦੇ ਤਹਿਤ ਅਨੈਕਸ ਕੀਤੀ ਸੀ, ਨਾ ਕਿ ਸਬਸਿਡਰੀ ਅਲਾਇੰਸ। ਸੋ ਆਪਣਾ ਆਨਸਰ ਆ ਗਿਆ ਆਪਸ਼ਨ ਡੀ, ਠੀਕ ਹੈ। ਆਹ ਕੁਝ ਕੁ ਸਟੇਟਾਂ ਨੇ ਜਿਹੜੀਆਂ ਸਬਸਿਡਰੀ ਅਲਾਇੰਸ ਦੇ ਤਹਿਤ ਅਨੈਕਸ ਕੀਤੇ ਗਏ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਟਰਨੋਲੋਜੀ ਵੀ ਤੁਹਾਡੇ ਤੋਂ ਪੁੱਛ ਸਕਦੇ ਨੇ, ਇਹਦੇ ਚੋਂ ਸਭ ਤੋਂ ਪਹਿਲਾਂ ਕਿਹੜੀ ਅਨੈਕਸ ਕੀਤੀ, ਸਭ ਤੋਂ ਬਾਅਦ ਚੋਂ ਕਿਹੜੀ ਅਨੈਕਸ ਕੀਤੀ। 12ਵਾਂ ਕੁਐਸਚਨ ਆ ਲਓ ਜੀ, ਸਬਸਿਡਰੀ ਅਲਾਇੰਸ ਨੂੰ ਲੈ ਕੇ ਹੁਣ ਥੋੜਾ ਜਿਹਾ ਡਿਟੇਲ ਦੇ ਵਿੱਚ। ਯੂਪੀਐਸਸੀ ਨੇ 2018 ਦੇ ਵਿੱਚ ਸਵਾਲ ਪੁੱਛ ਲਿਆ, ਉਹਨਾਂ ਨੇ ਇਹ ਪੁੱਛ ਲਿਆ ਕਹਿੰਦੇ ਵੀ ਇਹਨਾਂ ਚੋਂ ਕਿਹੜਾ ਜਿਹੜਾ ਫੀਚਰ ਹੈਗਾ ਸਬਸਿਡਰੀ ਅਲਾਇੰਸ ਦੇ ਨਾਲ ਸਿੱਧਾ ਸੰਬੰਧ ਨਹੀਂ ਰੱਖਦਾ। ਆਪਾਂ ਪੜ੍ਹ ਲੈਂਦੇ ਹਾਂ, ਪਹਿਲੀ ਸਟੇਟਮੈਂਟ, ਟੂ ਮੇਨਟੇਨ ਏ ਲਾਰਜ ਸਟੈਂਡਿੰਗ ਆਰਮੀ ਇਨ ਅਦਰਸ ਐਕਸਪੈਂਸ। ਹਾਂਜੀ ਇਹ ਤਾਂ ਮੈਂ ਤੁਹਾਨੂੰ ਪੜ੍ਹਾਇਆ ਸੀ, ਸਬਸਿਡਰੀ ਅਲਾਇੰਸ ਇੱਕ ਵਾਰ ਜੇ ਕੋਈ ਰਾਜਾ ਸਾਈਨ ਕਰ ਲੈਂਦਾ ਸੀ ਅੰਗਰੇਜ਼ਾਂ ਦੇ ਨਾਲ ਤਾਂ ਉਹਦੇ ਵਿੱਚ ਰਾਜੇ ਦੀ ਜਿਹੜੀ ਸਟੇਟ ਹੈ ਉਹਦੀ ਰੱਖਿਆ ਹੋਣ ਤੋਂ ਅੰਗਰੇਜ਼ਾਂ ਦੀ ਆਰਮੀ ਕਰੂਗੀ ਤੇ ਬਦਲੇ ਦੇ ਵਿੱਚ ਰਾਜੇ ਨੂੰ ਉਸ ਆਰਮੀ ਨੂੰ ਮੇਨਟੇਨ ਕਰਨ ਦੇ ਲਈ ਅੰਗਰੇਜ਼ਾਂ ਨੂੰ ਪੈਸੇ ਦੇਣੇ ਪੈਂਦੇ ਸੀ। ਪਹਿਲੀ ਸਟੇਟਮੈਂਟ ਤਾਂ ਹੈਗੀ ਆ ਸਬਸਿਡਰੀ ਅਲਾਇੰਸ ਦਾ ਹਿੱਸਾ। ਦੂਸਰੀ, ਟੂ ਕੀਪ ਇੰਡੀਆ ਸੇਫ ਫਰੋਮ ਨੈਪੋਲੀਨਿਕ ਡੇਂਜਰ, ਇਹ ਤਾਂ ਕੁਝ ਵੀ ਨਹੀਂ ਆਪਾਂ ਪੜ੍ਹਿਆ, ਨੈਪੋਲੀਨਿਕ ਡੇਂਜਰ ਦਾ ਸਬਸਿਡਰੀ ਅਲਾਇੰਸ ਦੇ ਨਾਲ ਕੀ ਸੰਬੰਧ, ਇਹ ਤਾਂ ਕੁਝ ਵੀ ਨਹੀਂ ਸੀਗਾ। ਆਪਸ਼ਨ ਵੀ ਗਲਤ ਹੈ ਤੇ ਇਹੀ ਆਪਣਾ ਆਨਸਰ ਹੈ, ਆਪਾਂ ਬਾਕੀ ਆਪਸ਼ਨ ਵੀ ਪੜ੍ਹ ਲੈਣੇ। ਤੀਸਰੀ ਆਪਸ਼ਨ, ਟੂ ਸਿਕਿਓਰ ਏ ਫਿਕਸ ਇਨਕਮ ਫੋਰ ਦਾ ਕੰਪਨੀ, ਕੰਪਨੀ ਵਾਸਤੇ ਇੱਕ ਫਿਕਸ ਇਨਕਮ ਸਿਕਿਓਰ ਕਰਨੀ। ਹਾਂਜੀ ਰਾਜੇ ਜਦ ਪੇ ਕਰਦੇ ਸੀਗੇ ਮੇਨਟੇਨੈਂਸ ਵਾਸਤੇ ਤਾਂ ਕੰਪਨੀ ਨੂੰ ਇੱਕ ਫਿਕਸ ਇਨਕਮ ਆਉਂਦੀ ਹੀ ਸੀ, ਇਹ ਆਪਸ਼ਨ ਵੀ ਇਹਨਾਂ ਦੀ ਠੀਕ ਹੈ। ਚੌਥੀ ਆਪਸ਼ਨ, ਟੂ ਐਸਟੈਬਲਿਸ਼ ਬ੍ਰਿਟਿਸ਼ ਪੈਰਾਮਾਉਂਟੈਂਸੀ ਓਵਰ ਦਾ ਇੰਡੀਅਨ ਸਟੇਟ, ਹਾਂਜੀ ਇਹ ਆਪਸ਼ਨ ਵੀ ਠੀਕ ਹੈ। ਇੱਕ ਵਾਰ ਤੁਸੀਂ ਕਹਿ ਲਓ ਕਿਸੇ ਰਾਜੇ ਨੇ ਸਬਸਿਡਰੀ ਲਾਇਸ ਸਾਈਨ ਕੀਤਾ ਅੰਗਰੇਜ਼ਾਂ ਦੇ ਨਾਲ, ਉਹ ਅੰਗਰੇਜ਼ਾਂ ਦਾ ਪ੍ਰੋਟੈਕਟੋਰੇਟ ਸਟੇਟ ਬਣ ਗਿਆ, ਅੰਗਰੇਜ਼ਾਂ ਤੋਂ ਪੁੱਛੇ ਬਿਨਾਂ ਤਾਂ ਉਹ ਤੁਸੀਂ ਕਹਿ ਲਓ ਕੁਝ ਵੀ ਨਹੀਂ ਕਰ ਸਕਦਾ ਸੀਗਾ। ਸੋ ਸਬਸਿਡਰੀ ਲਾਇਸ ਨਾਲ ਲੈ ਕੇ ਬੜਾ ਵਧੀਆ ਕੁਐਸਚਨ ਪੁੱਛਿਆ ਸੀ ਯੂਪੀਐਸਸੀ ਨੇ 2018 ਦੇ ਵਿੱਚ, ਤੇ ਆਹ ਸਬਸਿਡਰੀ ਲਾਇਸ ਨੂੰ ਲੈ ਕੇ ਸਾਰਾ ਸਮਝਾਇਆ ਸੀ ਜਿਹੜਾ ਕਿ ਮੈਂ ਤੁਹਾਨੂੰ ਉਹ ਐਡ ਕੀਤਾ, ਤੁਸੀਂ ਇੱਥੋਂ ਪੜ੍ਹ ਸਕਦੇ ਹੋ। 13ਵਾਂ ਕੁਐਸਚਨ ਤੁਹਾਡੇ ਸਾਰਿਆਂ ਦੇ ਲਈ ਹੈ, ਇਹ ਮੈਂ ਸੋਲਵ ਨਹੀਂ ਕਰਵਾਉਣਾ। ਜਿਹੜੇ ਐਕਟ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਭੇਜੇ ਸੀਗੇ, 3 ਵੀਡੀਓਜ਼ ਭੇਜੀਆਂ ਸੀਗੀਆਂ ਜਿਹਦੇ ਵਿੱਚ ਮੈਂ ਅੰਗਰੇਜ਼ਾਂ ਦੇ ਐਕਟਸ ਬਾਰੇ ਤੁਹਾਨੂੰ ਪੜ੍ਹਾਇਆ ਸੀ, ਤੁਹਾਨੂੰ ਇਹ ਕਿਹਾ ਸੀ ਵੀ ਉਹਨਾਂ ਵੀਡੀਓਜ਼ ਨੂੰ ਦੇਖ ਲਿਓ, ਤੇ ਉਹ ਸਾਰਾ ਕੁਝ ਆਪਣੇ ਟੌਪਿਕ ਦੇ ਨਾਲ ਨਾਲ ਚੱਲ ਰਿਹਾ ਹੈਗਾ। ਤੇ ਉਹਨਾਂ ਟੌਪਿਕ ਦੇ ਵਿੱਚ ਤੁਹਾਡੇ ਸ਼ੂਗਰ ਚੈੱਕ ਕਰਨ ਦੇ ਲਈ ਇੱਕ ਕੁਐਸਚਨ ਪੁੱਛ ਲਿਆ ਮੈਂ, ਚਾਰਟਰ ਐਕਟ 1833 ਨੂੰ ਲੈ ਕੇ 3 ਸਟੇਟਮੈਂਟ ਨੇ, ਦੱਸੋ ਇਹਨਾਂ ਚੋਂ ਕਿਹੜੀ ਸਟੇਟਮੈਂਟ ਠੀਕ ਹੈ, ਇਹ ਮੈਂ ਸੋਲਵ ਕਰਾਉਣਾ, ਇਹ ਥੋਨੇ ਆਨਸਰ ਦੇਣਾ ਇਹਦਾ ਕਮੈਂਟ ਬਾਕਸ ਦੇ ਵਿੱਚ। 14ਵਾਂ ਕੁਐਸਚਨ, ਇੰਡੀਅਨ ਹਾਈ ਕੋਰਟ ਐਕਟ 1861 ਨੂੰ ਲੈ ਕੇ ਕੁਐਸਚਨ ਬਣਾਇਆ ਹੋਇਆ, ਸੋਲਵ ਕਰਦੇ ਹਾਂ। ਪਹਿਲੀ ਸਟੇਟਮੈਂਟ ਕਹਿੰਦੇ ਦਾ ਹਾਈ ਕੋਰਟ ਆਫ ਬੰਬੇ ਕੈਲਕਟਾ ਐਂਡ ਮਦਰਾਸ ਵਰ ਐਸਟੈਬਲਿਸ਼ਡ ਐਸ ਪਰ ਦਿਸ ਐਕਟ, ਇਸ ਐਕਟ ਦੇ ਅਕੋਰਡਿੰਗ ਆਹ 3 ਹਾਈ ਕੋਰਟ ਐਸਟੈਬਲਿਸ਼ ਕੀਤੇ ਗਏ ਭਾਰਤ ਵਿਖੇ, ਕਿਹੜੀਆਂ? ਬੰਬੇ, ਕਲਕੱਤਾ ਤੇ ਮਦਰਾਸ। ਹਾਂਜੀ ਇਹ ਗੱਲ ਠੀਕ ਹੈ। ਵਿਦ ਦਾ ਬੰਬੇ ਹਾਈ ਕੋਰਟ ਬੀ ਦਾ ਫਸਟ ਵਨ ਟੂ ਬੀ ਐਸਟੈਬਲਿਸ਼, ਇਹਨਾਂ ਤਿੰਨਾਂ ਚੋਂ ਬੰਬੇ ਹਾਈ ਕੋਰਟ ਸਭ ਤੋਂ ਪਹਿਲਾਂ ਬਣਾਈ ਗਈ ਸੀ, ਗਲਤ, ਸਭ ਤੋਂ ਪਹਿਲਾਂ ਕਲਕੱਤਾ ਹਾਈ ਕੋਰਟ ਬਣਾਈ ਗਈ ਸੀ, ਨਾ ਕਿ ਬੰਬੇ, ਠੀਕ ਹੈ। ਸੋ ਇਹ ਸਟੇਟਮੈਂਟ ਹੋ ਗਈ ਇਹਨਾਂ ਦੀ ਗਲਤ। ਦੂਸਰੀ ਸਟੇਟਮੈਂਟ ਕਹਿੰਦੇ ਦਾ ਐਕਟ ਆਲਸੋ ਮੈਂਸ਼ਨ ਦਾ ਕੰਪੋਜੀਸ਼ਨ ਆਫ ਹਾਈ ਕੋਰਟ, ਬੜੀ ਵਧੀਆ ਸਟੇਟਮੈਂਟ ਹੈ। ਜਿਹੜਾ ਇਹ ਇੰਡੀਅਨ ਹਾਈ ਕੋਰਟ ਐਕਟ ਸੀਗਾ 1861 ਵਾਲਾ, ਇਹਦੇ ਵਿੱਚ ਹਾਈ ਕੋਰਟ ਦੀ ਕੰਪੋਜੀਸ਼ਨ ਵੀ ਮੈਂਸ਼ਨ ਕੀਤੀ ਹੋਈ ਸੀ ਵੀ ਇੱਕ ਚੀਫ ਜਸਟਿਸ ਹੋਊਗਾ ਤੇ ਵੱਧ ਤੋਂ ਵੱਧ ਕਿੰਨੇ ਜੱਜ ਹੋਣੇ ਚਾਹੀਦੇ ਨੇ, ਕਿ 20 ਜੱਜ ਹੋਣੇ ਚਾਹੀਦੇ ਨੇ, ਨਾ 15 ਜੱਜ ਹੋਣੇ ਚਾਹੀਦੇ ਨੇ ਵੱਧ ਤੋਂ ਵੱਧ, ਨਾ ਕਿ 20। ਸੋ ਆਹ ਕੰਪੋਜੀਸ਼ਨ ਹੈ ਜੀ, ਈਚ ਹਾਈ ਕੋਰਟ ਹੈਜ਼ ਟੂ ਕੰਸਿਸਟ ਵਨ ਚੀਫ ਜਸਟਿਸ ਐਂਡ ਨੋਟ ਮੋਰ ਦੈਨ 15 ਰੈਗੂਲਰ ਜੱਜਿਸ। ਸੋ ਕੱਲੀ ਕੱਲੀ ਕੰਪੋਜੀਸ਼ਨ ਸਭ ਕੁਛ ਆਪਾਂ ਨੂੰ ਪਤਾ ਹੋਣਾ ਚਾਹੀਦਾ। ਦੂਸਰੀ ਸਟੇਟਮੈਂਟ ਵੀ ਗਲਤ। ਤੀਸਰੀ ਸਟੇਟਮੈਂਟ ਕਹਿੰਦਾ ਹਾਈ ਕੋਰਟ ਆਫ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਵਾਜ਼ ਐਸਟੈਬਲਿਸ਼ ਐਟ ਆਗਰਾ ਇਨ 1866। ਇਹ ਸਟੇਟਮੈਂਟ ਠੀਕ ਹੈ ਜਾਂ ਗਲਤ ਹੈ? ਦੇਖੋ ਇਹ ਵੀ ਗਲਤ ਹੈ, ਬਹੁਤ ਜਾਣੇ ਇਹਨੂੰ ਠੀਕ ਕਰਕੇ ਆਏ ਹੋਣਗੇ, ਸਟੇਟਮੈਂਟ ਨੂੰ ਧਿਆਨ ਨਾਲ ਨਹੀਂ ਪੜ੍ਹਦੇ। ਉਰੇ ਹਾਈ ਕੋਰਟ ਆਗਰਾ ਵਿਖੇ ਸਟੈਬਲਿਸ਼ ਤਾਂ ਕੀਤੀ ਗਈ ਸੀ, ਬਟ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੀ ਨਹੀਂ, ਉਹ ਜਗ੍ਹਾ ਤਾਂ ਅੱਜ ਦੇ ਸਮੇਂ ਪਾਕਿਸਤਾਨ 'ਚ ਹੈਗੀ।
ਉਹਦੇ ਨਾਲ ਮਿਲਦਾ ਜੁਲਦਾ ਇੱਕ ਸ਼ਬਦ ਹੈਗਾ ਨਾਰਥ ਵੈਸਟਰਨ ਪ੍ਰੋਵਿੰਸਿਸ, ਜਿਹਦੇ ਵਿੱਚ ਆਪਣਾ ਪੰਜਾਬ ਵਗੈਰਾ ਆਉਂਦੇ ਨੇ, ਯੂਪੀ, ਹਰਿਆਣਾ, ਹਿਮਾਚਲ, ਇਹ ਸਾਰਾ ਕੁਝ ਆਉਂਦਾ ਸੀ। ਇਹਨਾਂ ਵਾਸਤੇ ਆਗਰਾ ਵਿਖੇ ਅਲੱਗ ਹਾਈ ਕੋਰਟ ਸਟੈਬਲਿਸ਼ ਕੀਤੀ ਗਈ ਸੀ ਨਾਰਥ ਵੈਸਟਰਨ ਪ੍ਰੋਵਿੰਸਿਸ ਵਾਸਤੇ, ਨਾ ਕਿ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਵਾਸਤੇ। ਸੋ ਬੜਾ ਝਕਾਨੀ ਸਟੇਟਮੈਂਟ ਸੀਗੀ, ਇਹਨਾਂ ਚ ਕੋਈ ਸਟੇਟਮੈਂਟ ਠੀਕ ਨਹੀਂ ਹੈਗੀ। ਆਪਣਾ ਆਨਸਰ ਆ ਗਿਆ ਆਪਸ਼ਨ ਡੀ, ਨਨ ਆਫ ਦੀਸ ਕਰੈਕਟ, ਇਜ਼ ਕਰੈਕਟ। 15ਵਾਂ ਕੁਐਸਚਨ, ਚਾਰਲਸ ਵੁੱਡ ਡਿਸਪੈਚ ਸੀਗਾ ਜਿਹੜਾ 1853 ਵਾਲਾ, ਉਹਦੀਆਂ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਉਹਨੂੰ ਲੈ ਕੇ ਬਣਾਇਆ ਹੋਇਆ। ਸਭ ਤੋਂ ਪਹਿਲੀ ਸਟੇਟਮੈਂਟ ਕਹਿੰਦੇ, ਇਟ ਐਕਸੈਪਟਡ ਡਾਊਨਵਰਡ ਫਿਲਟਰੇਸ਼ਨ ਥਿਊਰੀ ਗਿਵਨ ਬਾਈ ਲਾਰਡ ਮੈਕੂਲੇ ਵਿਚ ਐਮਫੋਸਾਈਜ਼ ਔਨ ਐਜੂਕੇਸ਼ਨ ਆਫ ਮਾਸਿਸ। ਦੇਖੋ ਚਾਰਲਸ ਵੁੱਡ ਡਿਸਪੈਚ ਨੇ ਇਹ ਕਿਹਾ ਸੀਗਾ ਵੀ ਐਜੂਕੇਸ਼ਨ ਆਫ ਮਾਸਿਸ ਇਹ ਤਾਂ ਪ੍ਰੋਵਾਈਡ ਕਰਨੀ ਪਊਗੀ, ਅੰਗਰੇਜ਼ਾਂ ਨੂੰ ਜ਼ਿੰਮੇਵਾਰੀ ਸਮਝਣੀ ਪਊਗੀ, ਲੋਕਾਂ ਨੂੰ ਪੜ੍ਹਾਉਣਾ ਪਊਗਾ। ਇਹ ਤਾਂ ਗੱਲ ਠੀਕ ਸੀ, ਬਟ ਚਾਰਲਸ ਵੁੱਡ ਡਿਸਪੈਚ ਨੇ ਡਾਊਨਵਰਡ ਫਿਲਟਰੇਸ਼ਨ ਥਿਊਰੀ ਜੋ ਕਿ ਮਕੂਲੇ ਸਾਹਿਬ ਦੁਆਰਾ ਦਿੱਤੀ ਗਈ ਸੀ ਉਹਨੂੰ ਅਸੈਪਟ ਨਹੀਂ, ਉਹਨੂੰ ਰਿਜੈਕਟ ਕੀਤਾ ਸੀ। ਇਹ ਸਟੇਟਮੈਂਟ ਹੋਊਗੀ ਗਲਤ। ਡਾਊਨਵਰਡ ਫਿਲਟਰੇਸ਼ਨ ਥਿਊਰੀ ਕੀ ਕਹਿੰਦੇ ਸੀ? ਇਹ ਕਹਿੰਦੇ ਵੀ ਕੁਝ ਕੁ ਲੋਕਾਂ ਨੂੰ ਪੜ੍ਹਾਓ, ਉਹ ਅੱਗੇ ਬਾਕੀ ਨੂੰ ਆਪ ਪੜ੍ਹਾ ਦੇਣਗੇ, ਨਾਲੇ ਆਪਣਾ ਖਰਚਾ ਬਚੂਗਾ, ਆਪਣੇ ਰਿਸੋਰਸਿਸ ਬਚਣਗੇ। ਇਹ ਸਟੇਟਮੈਂਟ ਹੋਊਗੀ ਗਲਤ। ਦੂਸਰੀ ਸਟੇਟਮੈਂਟ ਕਹਿੰਦੇ, ਇਟ ਰਿਕਮੈਂਡਡ ਇੰਗਲਿਸ਼ ਐਜ ਮੀਡੀਅਮ ਆਫ ਇੰਸਟਰਕਸ਼ਨ ਫੋਰ ਬੋਥ ਹਾਇਰ ਸਟੱਡੀਜ਼ ਐਂਡ ਸਕੂਲ ਲੈਵਲ। ਦੇਖੋ ਧਿਆਨ ਦੇਣਾ ਪੜੋ ਕਿ ਇਹ ਠੀਕ ਹੈ ਜਾਂ ਗਲਤ ਹੈ। ਉਹ ਭਾਈ ਇਹ ਸਟੇਟਮੈਂਟ ਹੋ ਗਈ ਗਲਤ। ਇੰਗਲਿਸ਼ ਨੂੰ ਤਾਂ ਦੇਖੋ ਹਾਇਰ ਸਟੱਡੀ ਵਾਸਤੇ ਇਹਨੇ ਕਿਹਾ ਸੀ, ਰਿਕਮੈਂਡ ਕੀਤਾ ਸੀ ਵੀ ਹਾਇਰ ਸਟੱਡੀ ਦੇ ਵਿੱਚ ਇੰਗਲਿਸ਼ ਨੂੰ ਤੁਸੀਂ ਮੀਡੀਅਮ ਆਫ ਐਜੂਕੇਸ਼ਨ ਬਣਾਓ, ਬਟ ਜਿਹੜੀ ਸਕੂਲ ਲੈਵਲ ਦੇ ਵਿੱਚ ਪੜ੍ਹਾਈ ਜਾਣੀ ਹੈ ਉਹਦੇ ਵਿੱਚ ਇੰਗਲਿਸ਼ ਨਹੀਂ, ਉਹਦੇ ਵਿੱਚ ਜਿਹੜੀਆਂ ਵਰਨੈਕੂਲਰ ਲੈਂਗੁਏਜ ਨੇ ਉਹ ਪੜ੍ਹਾਓ। ਇਹ ਸਟੇਟਮੈਂਟ ਹੋ ਗਈ ਇਹਨਾਂ ਦੀ ਗਲਤ, ਦੂਸਰੀ ਵੀ ਗਲਤ ਹੋ ਗਈ। ਤੀਸਰੀ ਸਟੇਟਮੈਂਟ ਕਹਿੰਦੇ, ਇਟ ਲੇਡ ਸਟ੍ਰੈਸ ਔਨ ਫੀਮੇਲ ਐਜੂਕੇਸ਼ਨ, ਔਰ ਕੁੜੀਆਂ ਨੂੰ ਪੜ੍ਹਾਉਣਾ ਦੇ ਉੱਪਰ ਇਹ ਸਟ੍ਰੈਸ ਦਿੱਤਾ ਸੀ। ਹਾਂਜੀ ਠੀਕ ਹੈ, ਤੇ ਇਹਨੇ ਇਹ ਵੀ ਕਿਹਾ ਸੀ ਵੀ ਜਿਹੜੀ ਪੜ੍ਹਾਈ ਦੇਣੀ ਹੈ, ਸਿੱਖਿਆ ਤੁਹਾਨੂੰ ਦੇਣੀ ਹੈ, ਉਹ ਸੈਕੂਲਰ ਹੋਣੀ ਚਾਹੀਦੀ ਹੈ, ਧਰਮ ਨਿਰਪੱਖ ਹੋਣੀ ਚਾਹੀਦੀ ਹੈ। ਹਾਂਜੀ ਇਹ ਸਟੇਟਮੈਂਟ ਇਹਨਾਂ ਦੀ ਠੀਕ ਹੈ। ਚੌਥੀ ਸਟੇਟਮੈਂਟ ਕਹਿੰਦੇ, ਇਟ ਐਨਕਰੇਜ ਪ੍ਰਾਈਵੇਟਾਈਜੇਸ਼ਨ ਇਨ ਦਾ ਫੀਲਡ ਆਫ ਐਜੂਕੇਸ਼ਨ। ਪ੍ਰਾਈਵੇਟਾਈਜੇਸ਼ਨ ਉਹਨੇ ਐਨਕਰੇਜ ਕੀਤਾ ਸੀਗਾ? ਹਾਂਜੀ ਕੀਤਾ ਸੀ ਯਾਰ, ਉਹ ਪੜ੍ਹੋ। ਕਹਿੰਦੇ ਪ੍ਰਾਈਵੇਟ ਸਕੂਲ ਜੇ ਕਿਸੇ ਨੇ ਖੋਲ੍ਹਣਾ ਉਹਨਾਂ ਨੂੰ ਗ੍ਰਾਂਟ ਵੀ ਦਿੱਤੀ ਜਾਂਦੀ ਸੀ ਕਿ ਸਰਕਾਰ ਦੁਆਰਾ ਵੀ ਤੁਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰੋ। ਸੋ ਪ੍ਰਾਈਵੇਟਾਈਜੇਸ਼ਨ ਨੂੰ ਐਨਕਰੇਜ ਕੀਤਾ ਸੀਗਾ। ਇਹ ਸਟੇਟਮੈਂਟ ਇਹਨਾਂ ਦੀ ਠੀਕ ਹੈ। ਕਿਹੜੀ ਠੀਕ ਹੋ ਗਈ? ਆਪਸ਼ਨ 3 ਤੇ 4 ਠੀਕ ਹੋ ਗਈਆਂ, ਪਹਿਲੀਆਂ ਤੋਂ ਗਲਤ ਨੇ। ਆਪਣਾ ਆਨਸਰ ਆ ਗਿਆ ਆਪਸ਼ਨ ਬੀ। 16ਵਾਂ ਤੇ ਅੱਜ ਦਾ ਆਖਰੀ ਕੁਐਸਚਨ ਪ੍ਰੈਸ ਵਾਲੇ ਚੈਪਟਰ ਦੇ ਵਿੱਚੋਂ ਸੋਲਵ ਕਰਦੇ ਹਾਂ। ਸਭ ਤੋਂ ਪਹਿਲੀ ਸਟੇਟਮੈਂਟ ਕਹਿੰਦੇ, ਚਾਰਲਸ ਮੈਟਕਾਫੇ ਵਾਸ ਨੋਨ ਐਜ਼ ਲਿਬਰੇਟਰ ਆਫ ਪ੍ਰੈਸ, ਇਹਨੂੰ ਕਿਹਾ ਜਾਂਦਾ ਸੀਗਾ? ਹਾਂਜੀ। ਕਾਹਦੇ ਵਾਸਤੇ? ਕਿਉਂਕਿ ਇਹਨੇ ਲਾਇਸੈਂਸਿੰਗ ਰੈਗੂਲੇਸ਼ਨ ਐਕਟ 1823 ਲਿਆਂਦਾ ਸੀਗਾ, ਇਹਨੂੰ ਇਨੈਕਟ ਕਰਵਾਇਆ ਸੀ, ਤਾਂ ਹੀ ਇਹਨੂੰ ਲਿਬਰੇਟਰ ਆਫ ਪ੍ਰੈਸ ਐਕਟ ਕਿਹਾ ਜਾਂਦਾ ਹੈਗਾ, ਪ੍ਰੈਸ ਕਿਹਾ ਜਾਂਦਾ। ਇਹ ਸਟੇਟਮੈਂਟ ਠੀਕ ਹੈ ਗਲਤ ਹੈ? ਭਾਈ ਗਲਤ ਹੈ। ਲਿਬਰੇਟਰ ਆਫ ਪ੍ਰੈਸ ਮੈਟਕਲੈਫੀ ਨੂੰ ਕਿਹਾ ਜ਼ਰੂਰ ਜਾਂਦਾ ਹੈ, ਬਟ ਇਹਨੇ ਲਾਇਸੈਂਸਿੰਗ ਰੈਗੂਲੇਸ਼ਨ ਐਕਟ ਨਹੀਂ ਲਿਆਂਦਾ ਸੀ, ਇਹਨੇ ਪ੍ਰੈਸ ਐਕਟ 1835 ਵਾਲਾ ਲਿਆਂਦਾ ਸੀ। ਆਹ ਲਾਇਸੈਂਸਿੰਗ ਰੈਗੂਲੇਸ਼ਨ ਵਾਲਾ ਜਿਹੜਾ ਐਕਟ ਸੀ ਇਹ ਤਾਂ ਜੌਨ ਐਡਮ ਸਾਹਿਬ ਨੇ ਲਿਆਂਦਾ ਸੀਗਾ। ਇਹਨੇ ਤਾਂ ਸਗੋਂ ਸਖਤੀ ਕਰਤੀ ਸੀਗੀ ਪ੍ਰੈਸ ਦੇ ਉੱਪਰ। ਆਹ ਸੀਗਾ ਮੈਟਕਲੈਫੀ ਦਾ 1835 ਵਾਲਾ ਐਕਟ। ਪਹਿਲੀ ਸਟੇਟਮੈਂਟ ਹੋ ਗਈ ਗਲਤ। ਐਲੀਮੀਨੇਟ ਕਰ ਦਿਓ, ਨਾਲ ਦੀ ਨਾਲ ਆਪਸ਼ਨ ਵਾਲਾ ਐਲੀਮੀਨੇਟ ਕਰ ਦਿਆ ਕਰੋ ਤਾਂ ਕਿ ਤੁਹਾਡਾ ਵੀ ਟਾਈਮ ਬਚ ਸਕੇ ਪੇਪਰ ਦੇ ਵਿੱਚ। ਆਪਸ਼ਨ ਏ ਤੇ ਆਪਸ਼ਨ ਡੀ ਐਲੀਮੀਨੇਟ ਹੋ ਗਈਆਂ, ਆਪਸ਼ਨ ਬੀ ਤੇ ਸੀ ਚੋਂ ਆਪਣਾ ਕੋਈ ਆਨਸਰ ਹੈ। ਦੂਸਰੀ ਸਟੇਟਮੈਂਟ ਕਹਿੰਦੇ, ਦਾ ਵਰਨੈਕੂਲਰ ਪ੍ਰੈਸ ਐਕਟ ਇਜ਼ ਆਲਸੋ ਨੋਨ ਐਜ਼ ਗੇਜਿੰਗ ਐਕਟ, ਇਹਨੂੰ ਗੇਜਿੰਗ ਐਕਟ ਵੀ ਕਿਹਾ ਜਾਂਦਾ ਸੀ। ਹਾਂਜੀ ਇਹ ਆਪਾਂ ਪੜ੍ਹਿਆ ਸੀ। ਕਾਹਤੋਂ ਕਿਹਾ ਜਾਂਦਾ ਸੀ? ਕਿਉਂਕਿ ਇਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਛਪਣ ਵਾਲੇ ਪੇਪਰ ਤੇ ਵਰਨੈਕੂਲਰ ਭਾਸ਼ਾ ਦੇ ਵਿੱਚ ਛਪਣ ਵਾਲੇ ਪੇਪਰਾਂ ਦੇ ਵਿੱਚ ਵਿਤਕਰਾ ਕਰਦਾ ਸੀ। ਅੰਗਰੇਜ਼ੀਆਂ ਨੂੰ ਤਾਂ ਐਕਸਕਲੂਡ ਕਰਤਾ ਸੀ ਇਹਨੇ ਇਸ ਐਕਟ ਚੋਂ, ਪਰ ਜਿਹੜੇ ਵਰਨੈਕੂਲਰ ਪ੍ਰੈਸ ਐਕਟ ਸੀਗੇ ਉਹ ਇਹਦੇ ਐਂਬੀਟੈਂਟ ਲਿਆਂਦੇ ਸੀ ਤੇ ਇਹਨਾਂ ਉੱਪਰ ਪੂਰੀ ਸਖਤੀ ਕੀਤੀ ਗਈ ਸੀ, ਤਾਂ ਕਰਕੇ ਇਹਦਾ ਬਹੁਤ ਵਿਦਰੋਹ ਹੋਇਆ ਸੀਗਾ ਵਰਨੈਕੂਲਰ ਪ੍ਰੈਸ ਐਕਟ ਦਾ। ਇਹ ਗੱਲ ਵੀ ਇਹਦੀ ਠੀਕ ਹੈ, ਦੂਸਰੀ ਸਟੇਟਮੈਂਟ ਹੋ ਗਈ ਇਹਨਾਂ ਦੀ ਠੀਕ। ਤੀਸਰੀ ਸਟੇਟਮੈਂਟ ਕਹਿੰਦੇ, ਔਨ ਰਿਕਮੈਂਡੇਸ਼ਨ ਆਫ ਪ੍ਰੈਸ ਕਮੇਟੀ 1921 'ਚ ਇੱਕ ਪ੍ਰੈਸ ਕਮੇਟੀ ਬਿਠਾਈ ਗਈ ਸੀ ਬਾਲ ਗੰਗਾਧਰ ਤਿਲਕ ਸਾਹਿਬ ਦੀ ਚੇਅਰਮੈਨਸ਼ਿਪ ਦੇ ਅੰਡਰ, ਤੇ ਇਸ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਆਧਾਰ ਤੇ ਅੰਗਰੇਜ਼ਾਂ ਨੇ ਜਿਹੜੇ 1908 ਤੇ 1910 ਦੇ ਵਿੱਚ ਪ੍ਰੈਸ ਐਕਟ ਲਿਆਂਦੇ ਸੀ ਉਹ ਅਬੋਲਿਸ਼ ਕਰਤੇ ਸੀ। ਹਾਂਜੀ ਕਮੇਟੀ ਬੈਠੀ ਸੀ 1921 'ਚ, ਇਹ ਦੋ ਐਕਟ ਸੀਗੇ 1908 ਵਾਲੇ ਤੇ 1910 ਵਾਲੇ, ਇਹ ਵੀ ਅਬੋਲਿਸ਼ ਕੀਤੇ ਸੀ, ਬਟ ਉਹ ਕਮੇਟੀ ਦਾ ਚੇਅਰਮੈਨ ਕੀ ਬਾਲ ਗੰਗਾਧਰ ਤਿਲਕ ਸੀਗਾ? ਦੱਸੋ ਗਲਤ। ਬਾਲ ਗੰਗਾਧਰ ਤਿਲਕ ਥੋੜੀ ਸੀ, ਤੇਜ ਬਹਾਦੁਰ ਸਪਰੂ ਸਾਹਿਬ ਸੀਗੇ ਉਸ ਪ੍ਰੈਸ ਕਮੇਟੀ ਦੇ ਚੇਅਰਮੈਨ, ਜਿਨ੍ਹਾਂ ਦੀ ਰਿਕਮੈਂਡੇਸ਼ਨ ਤੇ 1908 ਵਾਲਾ ਨਿਊਜ਼ ਪੇਪਰ ਐਨਸਾਈਟਲਮੈਂਟ ਜਿਹੜਾ ਐਕਟ ਸੀਗਾ ਉਹ ਤੇ ਇੰਡੀਅਨ ਪ੍ਰੈਸ ਐਕਟ 1910 ਇਹ ਅਬੋਲਿਸ਼ ਕੀਤੇ ਗਏ ਸੀਗੇ। ਤੀਸਰੀ ਸਟੇਟਮੈਂਟ ਵੀ ਗਲਤ, ਪਹਿਲੀ ਵੀ ਗਲਤ, ਦੂਸਰੀ ਠੀਕ ਹੈ। ਆਪਣਾ ਆਨਸਰ ਆ ਗਿਆ ਆਪਸ਼ਨ ਬੀ, 2 only। ਸੋ ਇਹ ਸੀ ਆਪਣਾ ਸਾਰਾ ਅੱਜ ਦਾ ਟੈਸਟ, ਤੇ ਮੈਂ ਉਮੀਦ ਕਰਦਾ ਤੁਹਾਡੇ ਸਾਰਿਆਂ ਦੇ ਕਾਫੀ ਕੁਐਸਚਨ ਲਗਭਗ ਸਾਰੇ ਕੁਝ ਠੀਕ ਗਏ ਹੋਣਗੇ, ਤੁਹਾਡੀ ਤਿਆਰੀ ਜੀ ਵਧੀਆ ਚੱਲ ਰਹੀ ਹੈ, ਤੇ ਆਪਣਾ ਜਿਹੜਾ ਵੀ ਆਨਸਰ ਵਗੈਰਾ ਨੇ ਤੁਸੀਂ ਇੱਕੋ ਕਮੈਂਟ ਦੇ ਵਿੱਚ ਕਰ ਦਿਓ। ਧੰਨਵਾਦ।